ਕਬੱਡੀ ਦੀਆਂ ਟੀਮਾਂ ਨੂੰ ਬੇਨਤੀ ਹੈ ਮਾਝਾ ਖਾਲਸਾ ਘਰਿਆਲਾ ਸਾਡੇ ਤੇ ਬਾਬਾ ਵਿਧੀ ਚੰਦ ਜੀ ਸਪੋਰਟਸ ਕਲੱਬ ਫਰੰਦੀਪੁਰ ਦੀਆਂ ਟੀਮਾਂ ਨੂੰ ਬੇਨਤੀ ਹੈ ਉਹ ਟੀਮਾਂ ਬਿਨਾਂ ਕਿਸੇ ਦੇਰੀ ਦੇ ਖੇਡ ਮੈਦਾਨ 'ਚ ਆ ਜਾਣ ਬਾਬਾ ਵਿਧੀ ਚੰਦ ਜੀ ਸਪੋਰਟਸ ਕਲੱਬ ਫਰੰਦੀਪੁਰ ਤੇ ਨਾਲ ਮਾਝਾ ਖਾਲਸਾ ਘਰਿਆਲਾ ਇਹਨਾਂ ਟੀਮਾਂ ਨੂੰ ਬੇਨਤੀ ਹੈ ਟੀਮਾਂ ਜਲਦੀ ਆ ਜਾਣ ਮਾਈਕ ਤੇ ਰਵਿੰਦਰ ਕੋਛੜ ਜੀ ਹੈਲੋ 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 ਮਾਝੇ ਦੀ ਜਰਖੇਜ਼ ਧਰਤੀ 'ਤੇ ਧੰਨ 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 ਬਾਬਾ ਬੁੱਢਾ ਸਾਹਿਬ ਦੇ ਪੁੱਤਰ ਚਰਨਾਂ ਦੀ ਛੋਹ ਪ੍ਰਾਪਤ ਤਪ ਸਥਾਨ ਬੀੜ ਬਾਬਾ ਬੁੱਢਾ ਸਾਹਿਬ ਆਈ ਸਾਰੀ ਸੰਗਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਵੱਲੋਂ ਮੈਂ ਬੜੇ ਪਿਆਰ ਸਤਿਕਾਰ ਦੇ ਨਾਲ ਇੱਥੇ ਜੀ ਆਇਆਂ ਨੂੰ ਆਖਦਾ ਹਾਂ ਜਿੱਥੇ ਦਾ ਗੁਰਭਜਨ ਸਿੰਘ ਜੀ ਕਰਮਵਾਲਾ ਸਾਹਿਬ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ ਵਿਸ਼ੇਸ਼ ਤੌਰ 'ਤੇ ਬਿਰਾਜਮਾਨ ਹਨ ਜਿਨ੍ਹਾਂ ਦੀ ਛਤਰ ਛਾਇਆ ਹੈ ਔਰ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਬਹੁਤ ਮਾਣ ਦਿੰਦੇ ਹਨ ਉਹ ਸੁਸ਼ੋਭਿਤ ਹਨ ਸਟੇਜ ਦੇ ਉੱਪਰ ਭਾਈ ਮਨਜੀਤ ਸਿੰਘ ਜੀ ਅਤਰੰਗ ਕਮੇਟੀ ਦੇ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਬਾਬਾ ਭਿੰਡਰਾਂਵਾਲੇ ਦੇ ਲਖਤੇ ਜਿਗਰ ਹਨ ਔਰ ਸਾਡੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਭਰਾਤਾ ਸਾਹਿਬ ਹਨ ਪੂਰਾ ਕੋਨਾ ਪਿੰਡ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਇਹਨਾਂ ਦੇ ਨਗਰ ਜਾਣ ਦਾ ਵੀ ਮੌਕਾ ਮਿਲਿਆ ਮਾਣ ਹੈ ਸਾਨੂੰ ਇਹਨਾਂ ਦੇ ਨਾਲ ਬਾਬਾ ਨਿਰਮਲ ਸਿੰਘ ਜੀ ਨਸ਼ਹਿਰਾ ਢਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਹਾਜ਼ਰ ਹਨ ਲਾ ਹਰਜੀਤ ਸਿੰਘ ਜੀ ਲਾਲੂ ਘੁੰਮਣ ਸਾਹਿਬ ਜਿਨ੍ਹਾਂ ਨੇ ਬਤੌਰ ਮੈਨੇਜਰ ਸੇਵਾ ਕੀਤੀ ਹੈ ਬੀੜ ਬਾਬਾ ਬੁੱਢਾ ਸਾਹਿਬ ਦੀ ਉਹ ਵੀ ਵਿਸ਼ੇਸ਼ 'ਤੇ ਪਹੁੰਚੇ ਹਨ ਸਵਾਗਤ ਹੈ ਮੀਤ ਸਕੱਤਰ ਹਨ ਸ਼੍ਰੋਮਣੀ ਕਮੇਟੀ ਦੇ ਬੜੇ ਪਿਆਰ ਸਤਿਕਾਰ ਦੇ ਨਾਲ ਸਵਾਗਤ ਗੁਲਜਾਰ ਸਿੰਘ ਜੀ ਚੀਫ ਗੁਰਦੁਆਰਾ ਇੰਸਪੈਕਟਰ ਸਾਹਿਬ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੈਨੇਜਰ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਸਰਦਾਰ ਗੁਰਾ ਸਿੰਘ ਜੀ ਬੜੀ ਨੇਕ ਤਬੀਅਤ ਅਤੇ ਇਨਸਾਨ ਹਨ ਔਰ ਬਾਬਾ ਬੁੱਢਾ ਸਾਹਿਬ ਦੇ ਇਸ ਗੁਰਦੁਆਰਾ ਸਾਹਿਬ ਦੇ ਬਤੌਰ ਮੈਨੇਜਰ ਹਨ ਔਰ ਬੜੇ ਪਿਆਰ ਦੇ ਨਾਲ ਹਰ ਜੋੜ ਮੇਰੇ ਦੇ ਉੱਪਰ ਆਪਣੀਆਂ ਸੇਵਾ ਨਿਭਾਉਂਦੇ ਹਨ ਮੈਂ ਬਹੁਤ ਧੰਨਵਾਦੀ ਹਾਂ ਕਮੇਟੀ ਵੱਲੋਂ ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਗੁਰਾ ਸਿੰਘ ਜੀ ਦਾ ਗੁਲਜਾਰ ਸਿੰਘ ਜੀ ਚੀਫ ਗੁਰਦੁਆਰਾ ਇੰਸਪੈਕਟਰ ਸਾਹਿਬ ਦਾ ਸਵਾਗਤ ਹੈ ਸਤਨਾਮ ਸਿੰਘ ਜੀ ਐਡੀਸ਼ਨਲ ਮੈਨੇਜਰ ਸਾਹਿਬ ਦਾ ਬੜੇ ਪਿਆਰ ਸਤਿਕਾਰ ਦੇ ਨਾਲ ਮੈਂ ਇੱਥੇ ਬਹੁਤ ਮਾਣ ਦੇ ਨਾਲ ਸਵਾਗਤ ਕਰਦਾ ਹਾਂ ਸਰਦਾਰ ਜਰਨੈਲ ਸਿੰਘ ਜੀ ਸਰਦਾਰ ਗੁਰਚਰਨ ਸਿੰਘ ਜੀ ਬਹੁਤ ਮਾਣ ਹੈ ਕੋਹਾਲਾ ਸਰਦਾਰ ਕਸ਼ਮੀਰ ਸਿੰਘ ਜੀ ਗੰਡੀਵਿੰਡ ਸਾਬਕਾ ਮੈਨੇਜਰ ਸ਼੍ਰੋਮਣੀ ਕਮੇਟੀ ਸੋ ਇਹਨਾਂ ਸਾਰੀਆਂ ਸ਼ਖਸੀਅਤਾਂ ਦੇ ਨਾਲ ਨਾਲ ਸਾਡੇ ਇਲਾਕੇ ਦੇ ਕੁਝ ਪਤਵੰਤੇ ਸੱਜਣ ਜਿਹੜੇ ਇਸ ਇਲਾਕੇ ਦੇ ਵਿੱਚ ਕਬੱਡੀ ਨੂੰ ਬਹੁਤ ਦਿੰਦੇ ਹਨ ਮਾਣ ਸੋਨੂ ਚੀਮਾ ਸਰਪੰਚ ਠੀਕ ਹੈ ਸੋਨੂ ਚੀਮਾ ਸਰਪੰਚ ਆ ਉਹਨਾਂ ਦੇ ਨਾਲ ਉਹਨਾਂ ਦਾ ਭਾਈ ਮੋਨੂ ਚੀਮਾ ਉਹਨਾਂ ਦੇ ਨਾਲ ਸਾਡੇ ਦਰਮਿਆਨ ਸਰਪੰਚ ਸਾਹਿਬ ਕਾਕਾ ਛਾਪਾ ਜੀ ਸਰਵਣ ਸੋਲ ਜੀ ਇਹ ਇਲਾਕੇ ਵਿੱਚ ਪੰਜਾਬ ਦੀ ਮਾਰਕੀਟ ਕਬੱਡੀ ਨੂੰ ਬਹੁਤ ਪਿਆਰ ਸਤਿਕਾਰ ਮਾਣ ਦਿੰਦੇ ਹਨ ਸਵਾਗਤ ਹੈ ਸਾਰੇ ਵੀਰਾਂ ਦਾ ਸਾਡੇ ਬਹੁਤ ਸਤਿਕਾਰਯੋਗ ਚੇਅਰਮੈਨ ਗੁਰਦੀਪ ਸਿੰਘ ਜੀ ਧਾਲੀਵਾਲ ਇੱਕ ਮਿੰਟ ਕਰਮਵਾਲਾ ਸਾਹਿਬ ਮੈਚ ਸ਼ੁਰੂ ਕਰਾ ਦਈਏ ਜੀ ਮੈਂ ਦੋਨਾਂ ਟੀਮਾਂ ਨੂੰ ਵੀ 5 ਮਿੰਟ ਦਾ ਸਮਾਂ ਦਿੰਦਾ 5 ਮਿੰਟ ਤੋਂ ਬਾਅਦ ਸਮਾਂ ਨਹੀਂ ਹੁਕਮ ਹੋ ਗਿਆ ਜਨਰਲ ਸਕੱਤਰ ਸਾਹਿਬ ਸਰਦਾਰ ਭੁਪਿੰਦਰ ਸਿੰਘ ਜੀ ਭੂਪਾ ਸੁਹਾਵੇ ਵਾਲੇ ਬਾਬਾ ਘੋਲਾ ਸਿੰਘ ਦੇ ਨਾਂ ਦੇ ਉੱਪਰ ਬਹੁਤ ਵੱਡਾ ਕਬੱਡੀ ਟੂਰਨਾਮੈਂਟ ਕਰਾਉਂਦੇ ਨੇ ਸਾਡੇ ਸਤਿਕਾਰਯੋਗ ਲਾਰ ਗੁਰਭਜਨ ਸਿੰਘ ਜੀ ਕਰਮਵਾਲਾ ਸਾਹਿਬ ਦੀ ਰਹਿਨਮਾਈ ਦੇ ਵਿੱਚ ਭੂਪਾ ਜੀ ਸਵਾਗਤ ਹੈ ਮਾਣ ਹੈ ਸਾਨੂੰ ਇਹਨਾਂ ਸਾਰੀਆਂ ਸ਼ਖਸੀਅਤਾਂ ਮਾਝੇ ਦੀ ਤੂਤੀ ਬੋਲਦੀ ਸੀ ਕਬੱਡੀ ਦੇ ਵਿੱਚ ਕੋਈ ਗੱਲ ਨਹੀਂ ਕਹਿਣ ਵਾਲੀ ਜਵਾਨੋ ਮੇਰਿਓ ਨਿਗਾਹ ਮਾਰੀਏ ਅਸੀਂ 47 ਤੋਂ ਪਹਿਲਾਂ ਵੰਡ ਤੋਂ ਪਹਿਲਾਂ ਜਿਹੜਾ ਮੈਚ ਹੋਇਆ ਲੁਧਿਆਣਾ ਦੀ ਸਰਜਮੀਂ ਦੇ ਉੱਪਰ ਉਦੋਂ ਮਾਝੇ ਦੇ ਖਿਡਾਰੀ ਖੇਡੇ ਜਿਹਨਾਂ ਧੰਨ ਧੰਨ ਕਰਵਾ ਦਿੱਤੀ ਹੈ ਅੱਜ ਮਾਣ ਹੈ ਸਾਨੂੰ ਇਸ ਹਲਕੇ ਦਾ ਮਮਣਕੇ ਦਾ ਮਹਿੰਦਰ ਆਉਂਦਾ ਸੀ ਇੱਥੇ ਖੁੰਡਾ ਫੜ ਕੇ ਹੱਥ 'ਚ ਮੈਂ ਸਾਰੀ ਸੰਗਤ ਦੇ ਦਰਸ਼ਨ ਕਰਾਉਂਦਾ ਸਾਂ ਉਹ ਛੱਡ ਕੇ ਫਾਨੀ ਸੰਸਾਰ ਨੂੰ ਚਲੇ ਗਿਆ ਮਹਾਰਾਜ ਦੇ ਚਰਨਾਂ ਦੇ ਵਿੱਚ ਪਰ ਉਹਦੀ ਕਬੱਡੀ ਦੀ ਗੱਲ ਹਮੇਸ਼ਾ ਚੱਲੇਗੀ ਜਿੱਥੇ ਕਬੱਡੀ ਦੀ ਗੱਲ ਹੋਵੇਗੀ ਉੱਥੇ ਕਿਰਪਾਲ ਸਾਧ ਕਬੱਡੀ ਦਾ ਗੁਰੂ ਉਹਦੀ ਗੱਲ ਹੋਵੇਗੀ ਮਾਣ ਹੋਵੇਗਾ ਕਬੱਡੀ ਦਾ
ਜੋਤੇ ਸਭਰਾ ਨੂੰ ਜਿਹੜਾ ਖੜਾ ਰੋਤਾ ਤਿੰਨ ਤਿੰਨ ਕਬੱਡੀਆਂ ਪਾਉਂਦਾ ਜਵਾਨੋ ਇਹ ਮਾਝੇ ਦੀ ਧਰਤੀ ਹੈ ਮਾਣ ਹੈ ਸਾਨੂੰ ਕਿਰਪਾਲ ਸਾਧ ਰਾਜ ਚਾਲ ਦਾ ਪਹਿਲਾਂ ਅੰਮ੍ਰਿਤਸਰ ਜ਼ਿਲ੍ਹਾ ਹੁਣ ਤਰਨ ਤਾਰਨ ਜ਼ਿਲ੍ਹਾ ਜਿਹਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਅੱਜ ਮਾਣ ਮਹਿਸੂਸ ਕਰਦੇ ਹਾਂ ਮਾਝੇ ਦਾ ਪਹਿਲਾ ਮੈਚ ਸਾਨੂੰ 1954 'ਚ 47 ਤੋਂ ਬਾਅਦ ਹੋਇਆ ਮਾਰਚ ਮਹੀਨੇ ਅਤੇ ਉਦੋਂ ਕਰਮੂਵਾਲਾ ਸਾਹਿਬ ਕਿਰਪਾਲ ਸਾਧ ਨੇ ਜਿਹੜੇ ਗੁੱਟ ਫੜ ਕੇ ਪਾਕਿਸਤਾਨੀਆਂ ਨੂੰ ਜੱਫੇ ਲਾਏ ਆ ਦੁਨੀਆ ਸ਼ਸ਼ ਕਰ ਉੱਠੀ ਆ ਅੱਜ ਮਾਣ ਹੈ ਸਾਨੂੰ ਤਾਰਾ ਮੂਸਿਆਂ ਦਾ ਖੇਡਿਆ ਕਬੱਡੀ ਮੇਰੇ ਵੀਰੋ ਆ ਭਜਨ ਸਿੰਘ ਸਰਦਾਰ ਭਜਨ ਸਿੰਘ ਪੱਧਰੀ ਵਾਲਾ ਪਹਿਲਵਾਨੀ ਵੀ ਕੀਤੀ ਅਤੇ ਕਬੱਡੀ ਵੀ ਖੇਡਿਆ ਆਹ ਲਾਗੇ ਪਿੰਡ ਜੇ ਪੱਧਰੀ ਬਹੁਤ ਤਕੜਾ ਭੁੱਟੋ ਪੱਧਰੀ ਵਰਲਡ ਕੱਪ ਖੇਡਿਆ ਉਸ ਪਿੰਡ ਦਾ ਲੇਕਿਨ ਸਰਦਾਰ ਭਜਨ ਸਿੰਘ ਨੇ ਪਹਿਲਵਾਨੀ ਦੇ ਵਿੱਚ ਅਤੇ ਕਬੱਡੀ ਦੇ ਵਿੱਚ ਨਾਮਣਾ ਜੋ ਖੱਟਿਆ ਉਹ ਵਿਲੱਖਣ ਹੈ ਔਰ ਮੈਂ ਤੁਹਾਨੂੰ ਤਾਂ ਦੱਸ ਰਿਹਾ ਮਾਝੇ ਵਾਲਿਓ ਵੀ ਤੂਤੀ ਬੋਲਦੀ ਸੀ ਮਾਝੇ ਦੇ ਵਿੱਚ ਬਾਂਹ ਖੜੀ ਕਰਕੇ ਕੋਈ ਭੱਜ ਨਹੀਂ ਸਕਿਆ ਕਿਰਪਾਲ ਸਾਧ ਕਹਿੰਦੇ ਕੋਈ ਪੰਛੀ ਉੱਡ ਜੇ ਤਾਂ ਭਾਵੇਂ ਉੱਡ ਜੇ ਬੰਦਾ ਸਾਧ ਦੇ ਮੂਹਰਿਓਂ ਭੱਜ ਕੇ ਲੰਘਦਿਆਂ ਨਹੀਂ ਵੇਖਿਆ ਕਿਸੇ ਨੇ ਐਡੀ ਜ਼ਾਲਮ ਚੀਜ਼ ਸੀ ਅੱਜ ਅੰਤ ਕੀ ਹੋਇਆ ਤਰਨ ਤਾਰਨ ਤੋਂ ਫਿਰੋਜ਼ਪੁਰ ਕੋਈ ਨੌਕਰੀ ਨਾ ਮਿਲੀ ਅਤੇ ਡਰਾਈਵਰ ਭਰਤੀ ਹੋ ਗਿਆ ਅਤੇ ਉੱਤੋਂ ਟਾਇਰ ਲਾਉਣ ਲੱਗਿਆ ਟਾਇਰ ਵੱਜਾ ਥਾਂ 'ਤੇ ਦਮ ਤੋੜ ਗਿਆ ਗੁੰਮਨਾਮੀ ਦੀ ਜ਼ਿੰਦਗੀ ਅੱਜ 'ਤੇ ਕਰੋੜਾਂ ਰੁਪਈਏ ਮਿਲਦੇ ਆ ਅੱਜ ਅਸੀਂ ਧੰਨਵਾਦੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਰਹਿਨਮਾਈ ਦੇ ਵਿੱਚ 6 ਵਰਲਡ ਕੱਪ ਕਰਾਏ ਪਹਿਲਾਂ 1 ਕਰੋੜੀ ਕੱਪ ਫਿਰ 2 ਕਰੋੜੀ ਕੱਪ ਕਰਮੋਲਾ ਸਾਹਿਬ ਇਤਿਹਾਸ ਆ ਇਹ ਇਤਿਹਾਸ ਰਚਿਆ ਜਾਵੇਗਾ ਗੱਲ ਕਬੱਡੀ ਦੀ ਮੈਂ ਕਰ ਰਿਹਾ ਵੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰ ਦਿੱਤਾ ਪੰਜਾਬ ਸਰਕਾਰ ਨੇ ਕਰ ਦਿੱਤਾ ਕਬੱਡੀ ਨੂੰ ਕੋਈ ਪੁੱਛਦਾ ਨਹੀਂ ਸੀ ਮੈਂ ਖੇਡ ਵਿਭਾਗ ਦੇ ਵਿੱਚ ਬਤੌਰ ਸਪੋਰਟਸ ਅਫਸਰ 35 ਸਾਲ ਨੌਕਰੀ ਕੀਤੀ ਹੈ ਕਬੱਡੀ ਕੌਡੀਆਂ ਦੀ ਖੇਡ ਸੀ ਇਹਨੂੰ ਕਿਸੇ ਖੇਡ ਦੇ ਬਰਾਬਰ ਨਹੀਂ ਸੀ ਸਮਝਿਆ ਜਾਂਦਾ ਕੋਈ ਨੌਕਰੀ ਨਹੀਂ ਕੋਈ ਦਾਖਲਾ ਨਹੀਂ ਕਿਤੇ ਕੋਈ ਪੁੱਛ ਨਹੀਂ ਪ੍ਰਤੀਤ ਨਹੀਂ ਲੇਕਿਨ ਬਾਰੇ ਜਾਈਏ ਬਾਦਲ ਸਰਕਾਰ ਦੇ ਜਿਨ੍ਹਾਂ ਨੇ ਇਹਨੂੰ ਬਾਕੀ ਖੇਡਾਂ ਦੇ ਬਰਾਬਰ ਕਰ ਦਿੱਤਾ ਹੁਣ ਗ੍ਰੈਜੂਏਸ਼ਨ ਹੁੰਦੀ ਹੈ ਐਨ ਪੂਰੇ ਨੰਬਰ ਮਿਲਦੇ ਨੇ ਕਬੱਡੀ ਦੇ ਵਿੱਚ ਜਿਹੜਾ ਮੁੰਡਾ ਹੁਣ ਨੈਸ਼ਨਲ ਖੇਡੇ ਉਹਦੇ ਵੀ ਉਨੇ ਨੰਬਰ ਜਿਹੜਾ ਹਾਕੀ ਖੇਡੇ ਉਹਦੇ ਵੀ ਉਨੇ ਨੰਬਰ ਬਾਸਕਟਬਾਲ ਖੇਡੇ ਵਾਲੀਬਾਲ ਖੇਡੇ ਆਹ ਆ ਗਏ ਬੱਬਰ ਸ਼ੇਰ ਆ ਗਏ ਮਾਵਾਂ ਦੇ ਬਲੀ ਪੁੱਤ ਆਹ ਆਉਂਦੇ ਆ ਜਵਾਨੋ ਸ਼ੇਰ ਆਹ ਬੱਲੇ ਸ਼ੇਰੋ ਨਹੀਂ ਰੀਸਾਂ ਤੁਹਾਡੀਆਂ ਮੈਨੇਜਰ ਸਾਹਿਬ ਸਰਦਾਰ ਗੁਰਦਾਸ ਸਿੰਘ ਜੀ ਦੇ ਹਾਂ 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 ਆਹ ਸਿੰਘ ਜੀ ਲਾਲੀ ਲਾਲੀ ਭਾਅ ਜੀ ਨਸ਼ਹਿਰਾ ਢਾਲਾ ਅੱਜ ਮਾਣ ਹੈ ਸਾਨੂੰ ਬਈ ਨਸ਼ਹਿਰੇ ਢਾਲੇ ਬਹੁਤ ਤਕੜੇ ਕਬੱਡੀ ਕੱਪ ਹੋਏ ਨੇ ਬਹੁਤ ਮਾਣ ਹੈ ਸਾਨੂੰ ਭਾਅ ਜੀ ਧੰਨਵਾਦ ਤੁਹਾਡਾ ਤੁਹਾਡਾ ਆਓ ਕਬੱਡੀ ਅੱਜ ਜੁੜੀਏ ਹੁਣ ਅੱਜ ਸਿੰਘ ਫਣੇ ਕੁੰਡੀਆਂ ਦੇ ਸੋਨੂ ਚੀਮਾ ਸਰਪੰਚ ਮੋਨੂ ਚੀਮਾ ਸਰਪੰਚ ਮਾਣ ਹੈ ਸਾਨੂੰ ਦੋਵੇਂ ਵੀਰ ਕਬੱਡੀ ਦੇ ਬੇਤਾਜ ਬਾਦਸ਼ਾਹ ਨੇ 500 ਰੁਪਏ ਦਾ ਮਾਣ ਰਵਿੰਦਰ ਕੋਛੜ ਦੇ ਬੋਲਾਂ ਦਾ ਭੇਜਦੇ ਨੇ ਮੈਂ ਬੜਾ ਧੰਨਵਾਦੀ ਹਾਂ ਮਾਣ ਹੈ ਸਾਨੂੰ ਕਿ ਇਹਨਾਂ ਵੀਰਾਂ ਨੇ ਮਾਣ ਭੇਜਿਆ ਸਤਿਕਾਰ ਭੇਜਿਆ ਆਹ ਗੋਪੀ ਫਰੰਦੀ ਗੋਪੀ ਇਹ ਫਿਰੋ ਮਾਨੀ ਆ ਆਹ ਬੜੇ ਚਿਰਾਂ ਬਾਅਦ ਨਜ਼ਰ ਆਇਆ ਨਾ ਹਾਂਜੀ ਕੋਛੜ ਸਾਹਿਬ ਇੱਕੋ ਮਿੰਟ ਲਵਾਂਗੇ ਟੀਮਾਂ ਦੇ ਨਾਲ ਜਾਣ ਪਹਿਚਾਣ ਕਰਨੀ ਹੈ ਸਾਡੇ ਬਹੁਤ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨਾਲ ਗੁਰਬਚਨ ਸਿੰਘ ਜੀ ਕਰਮੂਵਾਲਾ ਸਾਹਿਬ ਨਾਲ ਸਾਡੇ ਸਤਿਕਾਰਯੋਗ ਚੇਅਰਮੈਨ ਗੁਰਦੀਪ ਸਿੰਘ ਜੀ ਧਾਲੀਵਾਲ ਜਤਿੰਦਰ ਤੇਜ ਸਿੰਘ ਜੀ ਸਰਪੰਚ ਧਗਾਣਾ ਉੱਥੇ ਜਿਹੜੇ ਵੱਡੇ ਮਾਣ ਦਿੱਤੇ ਹੈ ਸਾਡੇ ਮੋਨੂ ਚੀਮਾ ਜੀ ਨੇ ਔਰ ਨਾਲ ਮੇਰਾ ਵੀਰ ਹੈ ਜੀਤੀ ਗੰਢੀ ਪਿੰਡ ਔਰ ਨਾਲ ਕਾਲਰ ਸੂਰਪੁਲੀਆ ਦੇ ਰਵੀ ਹਾਂਗਕਾਂਗ ਉਹਨਾਂ ਨੇ ਪਿਆਰ ਪੁੱਜਦੇ ਕੀਤੇ ਹੈ ਪ੍ਰਗਟ ਸਿੰਘ ਜੀ ਮੈਨੇਜਰ ਚੋਹਲਾ ਸਾਹਿਬ ਕੁਲਵੰਤ ਸਿੰਘ ਜੀ ਹਰਦਿਆਲ ਸਿੰਘ ਜੀ ਸਰਪੰਚ ਭੁਪਿੰਦਰ ਸਿੰਘ ਜੀ ਭੂਪੀ ਸਾਹਿਬ ਮਨਜੀਤ ਸਿੰਘ ਜੀ ਸੰਮਤੀ ਮੈਂਬਰ ਸਾਡੇ ਗੁਰਾ ਸਿੰਘ ਜੀ ਬਹੁਤ ਵੱਡੀ ਸੇਵਾ ਹੈ ਬੀੜ ਬਾਬਾ ਬੁੱਢਾ ਸਾਹਿਬ ਦੀ ਧਰਤੀ 'ਤੇ ਮੈਂ ਜਿੱਦਣ ਤਾਂ ਆਇਆ ਦੇਖਿਆ ਉਸੇ ਦਿਨ ਦੀ ਜਿਹੜੀ ਸੇਵਾ ਹੈ ਧਿਆਨ ਗੁਰੂ ਘਰ ਵੱਲ ਹੈ ਉਹਨਾਂ ਨੇ ਵੱਡਾ ਪਿਆਰ ਵੀ ਪੁੱਜਦਾ ਕੀਤਾ ਲੈ ਵੀ ਮੰਨਿਆ ਮੈਂ ਬੇਨਤੀ ਕਰਾਂਗਾ ਦੁਨੀਆ ਦਾ ਉਹ ਕਬੱਡੀ ਖਿਡਾਰੀ ਆ ਜਿਹਦੀ ਪਾਕਿਸਤਾਨ ਦੇ ਖੇਡ ਸਟੇਡੀਅਮ 'ਚ ਫੋਟੋ ਲੱਗੀ ਹੈ ਉਹਦੇ ਮਾਤਾ ਪਿਤਾ ਦਾ ਸਨਮਾਨ ਹੋਣਾ ਮੰਨਿਆ ਲੈ ਕੇ ਆਈ ਨਾਲ
ਤੇ ਜਦੋਂ ਕਬੱਡੀ ਦਾ ਇੰਟਰੋਡਕਸ਼ਨ ਹੋਵੇਗੀ ਫਿਰ ਆਪਾਂ ਜਿਹੜਾ ਸਨਮਾਨ ਹੈ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਗੁਰਬਚਨ ਸਿੰਘ ਜੀ ਕਰਮੂਵਾਲਾ ਸਾਹਿਬ ਦਵਿੰਦਰ ਸਿੰਘ ਪੁੱਤਰ ਤੈਨੂੰ ਕਿਹਾ ਸੀ ਦੋ ਮਾਈਕ ਨਹੀਂ ਚੱਲਣੇ ਤੂੰ ਬੋਲ ਜਾਂ ਫਿਰ ਮੈਂ ਬੋਲਾਂਗਾ ਸੋ ਬੇਨਤੀ ਕਰਾਂਗਾ ਹੁਣ ਮੈਂ ਸਤਿਕਾਰਯੋਗ ਸਰਦਾਰ ਗੁਰਬਚਨ ਸਿੰਘ ਜੀ ਕਰਮੂਵਾਲਾ ਸਾਹਿਬ ਨੂੰ ਕਿ ਸਟੇਜ ਦੇ ਉੱਪਰ ਸੁਯੋਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਹੀ ਬਹੁਤ ਬਿਹਤਰੀਨ ਸ਼ਖਸੀਅਤਾਂ ਉਹਨਾਂ ਨੂੰ ਲੈ ਕੇ ਆਓ ਤਾਂ ਜੋ ਅਸੀਂ ਕਬੱਡੀ ਦੀਆਂ ਟੀਮਾਂ ਦੇ ਨਾਲ ਜਾਤੀ ਜਾਣ ਪਛਾਣ ਕਰ ਸਕੀਏ ਦੂਜੀ ਟੀਮ ਅਜੇ ਮੈਦਾਨ 'ਚ ਨਹੀਂ ਪਹੁੰਚੀ ਨਹੀਂ ਦੂਜੀ ਟੀਮ ਮੈਦਾਨ 'ਚ ਨਹੀਂ ਪਹੁੰਚੀ ਹਾਂ ਉਹ ਹੁਕਮ ਆਇਆ ਉੱਤੋਂ ਕਰਮੋਲਾ ਸਾਹਿਬ ਦਾ ਵੀ ਕੋਚਰ ਸਾਹਿਬ ਸੰਗਤ ਉਡੀਕਦੀ ਹੈ ਮੈਚ ਸ਼ੁਰੂ ਕਰਾ ਦਿਓ ਕਿਉਂ ਜੀ ਕਰਮੋਲਾ ਸਾਹਿਬ ਇੰਟਰੋਡਕਸ਼ਨ ਕਰਾਈਏ ਉਹ ਕਹਿੰਦੇ ਨਹੀਂ ਸੰਗਤ ਖੜੀ ਹੈ ਆਈਏ ਜੀ ਆਪਾਂ ਸਨਮਾਨ ਕਰਨਾ ਭਾਈ ਸਾਹਿਬ ਕਬੱਡੀ ਦੇ ਉਹ ਅੰਤਰਰਾਸ਼ਟਰੀ ਕੋਚਰ ਸਾਹਿਬ ਹਾਫ ਟਾਈਮ 'ਚ ਜੀ ਬੰਨੇ ਹਾਫ ਟਾਈਮ 'ਚ ਕਹਿੰਦੇ ਠੀਕ ਹੈ ਜੀ ਠੀਕ ਹੈ ਲਓ ਜੀ ਟੀਮਾਂ ਨੂੰ ਬੇਨਤੀ ਆ ਮੈਚ ਸ਼ੁਰੂ ਕਰਾਓ ਜੀ ਜਿਮਨਾਸਟ ਕਰੋ ਜੀ ਕਰੋ ਹੈਲੋ ਆ ਗਿਆ ਵੀ ਗੋਪੀ ਫਰਹੰਦੀਪੁਰੀ ਆ ਇਹਨੂੰ ਕਹਿੰਦੇ ਆ ਬਾਰਡਰ ਬੰਦ ਕੈਨੇਡਾ ਦੀ ਸਰ ਜ਼ਮੀਨ ਦੇ ਉੱਪਰ ਬਹੁਤ ਤਕੜੀ ਕਬੱਡੀ ਭਾਈ ਮੈਂ ਇੱਕ ਬੇਨਤੀ ਕਰਨੀ ਆ ਸਾਰੇ ਵੀਰਾਂ ਨੂੰ ਮੈਦਾਨ ਦੇ ਵਿੱਚ ਕੋਈ ਮੇਰਾ ਵੀਰ ਨਾ ਹੋਵੇ ਸਾਰੇ ਬਾਹਰ ਆ ਜਾਓ ਰਾਜੀਤ ਸਿੰਘ ਜੀ ਪੱਤਰਕਾਰ ਮੈਂ ਉਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਸਵਾਗਤ ਕਰਦਾ ਰਾ ਹਰਜੀਤ ਸਿੰਘ ਜੀ ਸਕੱਤਰ ਲਾਲੂ ਘੁੰਮਣ ਸਾਹਿਬ ਕਲਸੀ ਸਾਹਿਬ ਆਪਣੀ ਟੀਮ ਲੈ ਕੇ ਮੈਦਾਨ 'ਚ ਆ ਜਾਓ ਕੋਈ ਮੇਰਾ ਵੀਰ ਨਾ ਕੋਈ ਕਮੇਟੀ ਮੈਂਬਰ ਅਤੇ ਨਾ ਕੋਈ ਹੋਰ ਮੇਰਾ ਵੀਰ ਮੈਦਾਨ ਵਿੱਚ ਹੋਵੇਗਾ ਸਿਰਫ ਕਬੱਡੀ ਦੇ ਖਿਡਾਰੀ ਮੈਦਾਨ 'ਚ ਹੋਣਗੇ ਇਹ ਹੁਕਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਾਹਿਬ ਦਾ ਵੀ ਕੋਚੜ ਸਾਹਿਬ ਲੋਕ ਆਏ ਆ ਕਬੱਡੀ ਵੇਖਣ ਇੱਥੇ ਇੰਨਾ ਰਸ਼ ਅੰਦਰ ਪਾ ਦਿੰਦੇ ਹੋ ਤੁਸੀਂ ਵੀ ਪਤਾ ਨਹੀਂ ਲੱਗਦਾ ਕੀ ਹੋ ਰਿਹਾ ਕਰੋ ਮੇਰਾ ਪੁੱਤ ਕਰੋ ਹੈਲੋ ਮੈਂ ਕਹਿਤਾ ਜੀ ਤੁਸੀਂ ਹੁਣ ਆਪਣੀ ਡਿਊਟੀ ਨਿਭਾਓ ਆਹ ਬੱਲੇ ਕੀ ਹਾਲ ਚਾਲ ਤੁਸੀਂ ਨਿਭਾਓ ਕੋਈ ਮੇਰਾ ਵੀਰ ਨਾ ਹੋਵੇ ਹੱਥ ਬੰਨ ਕੇ ਬੇਨਤੀ ਆ ਰਵਿੰਦਰ ਕੋਛੜ ਦੀ ਭੱਜ ਲਓ ਮੈਂ ਥੋੜ੍ਹਾ ਭਜਾਉਣਾ ਕਰ ਲਾ ਨਿਹੰਗ ਸਿੰਘ ਕਰ ਲਓ ਬੋਰੀ ਚੁੱਕੋ ਹਰਮੇਰ ਸਿੰਘ ਮੀਆਂਪੁਰ ਆਓ ਭੱਜੋ ਹਾਂ ਨਹੀਂ ਆਉਣਾ ਕਿੰਨੇ ਆ ਤੂੰ ਹੀ ਇਕੱਲੇ ਫਿਰਾਂ ਤੂੰ ਕੋਈ ਨਹੀਂ ਆਉਂਦਾ ਯਾਰ ਹੁਣ ਕਮਾ ਦੇ ਕੋਈ ਹੋਰ ਵੀ ਕੰਮ ਕਰ ਲੈਂਦੇ ਕੋਈ ਹਾਂਜੀ ਵੇਖ ਲਾ ਹਾਲ ਆ ਜਾਓ ਸਾਰੇ ਬਾਹਰ ਪਾਣੀ ਮੈਂ ਵੀ ਗਰਾਊਂਡ ਦੇ ਵਿੱਚ ਭੇਜ ਦਿਓ ਬੇਟੇ ਕੁਰਸੀ ਫੜ ਕੇ ਲਿਆ ਕਿਸੇ ਨੂੰ ਨਹੀਂ ਬਹਿਣ ਦੇਣਾ ਐਸਪੀ ਸਾਹਿਬ ਕਹਿੰਦੇ ਆ ਐਸਐਸਪੀ ਸਾਹਿਬ ਦੀ ਬੇਨਤੀ ਹੈ ਵੀ ਗਰਾਊਂਡ ਖਾਲੀ ਕਰਾਓ ਕੋਛੜ ਸਾਹਿਬ ਮੈਂ ਕਿਹਾ ਜੀ ਲਓ ਮੈਂ ਵੀ ਬਾਹਰ ਬਹਿ ਜਾਣਾ ਜੀ ਫਿਕਰ ਨਾ ਕਰੋ ਹਾਂ ਬੇਟੇ ਕਰ ਲਿਆ ਕਰੋ ਜਿਹੜਾ ਕੰਮ ਕਰਨਾ ਐਡਾ ਵੱਡਾ ਮੇਲਾ ਹੁਣ ਇਕੱਲਾ ਨਾ ਕਰੋ ਵੀ ਮੈਨੂੰ ਮੇਰੇ ਸਰਦਾਰ ਸਤਿਕਾਰਯੋਗ ਰਾਜਵਿੰਦਰ ਸਿੰਘ ਜੀ ਲਾਲੀ ਢਾਲਾ ਸਾਹਿਬ ਦਾ ਇੱਥੇ ਪਹੁੰਚਣ 'ਤੇ ਸਮੁੱਚੀ ਕਮੇਟੀ ਵੱਲੋਂ ਸਵਾਗਤ ਲਾਲਪੁਰੀਆ ਲਾਲ ਕੱਛਾ
लाल पुरिया मन्ना ते जमुना कबड्डी पाती कबड्डी पाती कबड्डी हाँ हाथ लाया जवाना गोपी तेजा सिंह वाले नू लेकिन नंबर ताड़ियां मार दिया करो मेरे वीरो ताड़ियां मार दिया करो ये पढ़ने सोखे नहीं उठने सांप सेदा लक मिर्ग दी लात शेर दा नाक कबूतर चीने आओ गया ही महाराज बाबा फतेह सिंह जी तंत बाबा बुढ़ा साहब दिकार सेवा बाबा कश्मीर सिंह पुरी वाले बाबा सोन सिंह जी पुरी वाले वड़ा मान सत्कार पे इधर उधर हाथ जोड़ के पदरी हाँ हाँ बल्ले बल्ले बुढ़ा थे ते राजा पदरी आला आह बखार जी जो ना हर पजन सिंह पजी पदरी वांगू पर नहीं सरदार साढ़े महाराज सच्चे पाचा मेर करे बाबा मंजीत सिंह जी दे भाई साहब मलकीत सिंह जी भाई साहब की चढ़ती कला वास्ते उन्होंने वड्डे मान सम्मान भाई मनजीत सिंह जी पूरा कोना की चढ़ती कला वास्ते माण सत्कार इन्हां खिडारियों का माण सत्कार काला छापा सरपंच साहब का विशेष तौर पर स्वागत है साढ़े हाँ जी काका छापा जी साढ़े सरपंच साहब प्यार सत्कार के नाल सारिआं दा स्वागत करते हैं जोबन शहीदां दा तरन तारण जिला शहीदा पिंड उधर सामने बिल्ली ललिया वाला प्रीत गोपी दो गोपी आ ही प्रीत आ प्रीत पैगी कबड्डी ना प्रीत हाँ नहीं रिछा हाँ नहीं रिछा चप्पा चप्पा चरखा चले चप्पा चप्पा चरखा चले प्रीत अब एक किचवान आ कोई गल नहीं बापू सारी उम्र कबड्डी खिडा रहा नंबर प्रीत का जफा भी 22 साल की उम्र आ वे बब्बर शेर का जुस्सा वेख आ मंडोर वाला मनिंदर कहिंदे इहनू नौजवानों आह बल्ले ओ तेरे पूरा वेर के कबड्डी पाउंदा जवानों ये कबड्डी है ही वेरां दी ये डट के कबड्डी पाई जांदी है ये कट गल नहीं हुंदी कोई हाँ वेखो सामने आ जफा जुड़ गया आ गोरा गुजर आह नहीं रिछां तेरियां आ जवाना हाँ बाहां छंडन की कोशिश करता पर वो तक के ताकते जोर ते जवानी यह उम्र की खेड़ ये हुंदा यारो साना वाला पेड़ ये हुंदा यारो साना वाला पेड़ जयमल संघा आओ संघिया गल्लां करिए दो गोपी फरंदीपुरिया ते गोपी तेजा सिंह वाला आ दो ही कन्नी ते उधर सामने वेला मुंडा बहुत वधिया खिडारी ते नाल बिल्ली ललियां आ गोपी तेजा सिंह गोपी तेजा सिंह गोपी तेजा सिंह ले गया भाई काका भाजी जड़े ने मैं वार वार बोलना ये छापे पिंड के सरपंच साहब ने असी विशेष तौर पर स्वागत करते हैं धन्यवाद आ कबड्डी जीवन घड़के वाला बल्ले जीवन नहीं रिसा तेरिया पुत्रा ये घड़के वाला जीवन जे जवानों आह आह खड़का गोरा कलसी आ तेरे भी जफ्फे वेखण वाले होंगे जवानों आ दो नंबर तो उड के लगाई बहुत वधिया हुण किधर नूं जाणा जवानों हुण ते लक फड़िया कित्थे जांदा बंदा आंदे अमली नवाया माड़ा ते लक फड़ाया माड़ा क्यों बे निशान कित्थे रहा तू जवाना लाली भाजी गंडी पिंड काका छापा आ वे कबड्डी आह हाँ अमन मस्त गड़ियां ना जावी मस्तां दे वेड़े मस्त बना देणगे बीबा ना जावी मस्तां दे आओ चलिया जे जोबन चैंचल सौं दा लाडला पौण लग्या कबड्डी चोले वाला बल्ले ओ तेरे शीतल संघ महा सुख पाया सत संघ रहे ओला हर कंचन हर नाम भोजन के नानक कीनो चोला गोरे आ बिजवाना विखा खेड़ वेख दुनिया जुड़ी अज कबड्डी वेखण वास्ते आ गोरा लगाई ये कलसी का छोटा भरा जे जवानों बाप ने कुछरी की है और मुंडे कबड्डी खेडते हैं एक मुंडा कोच बन गया वड्डा पहला ढेरी वाली कबड्डी का बादशाह कलसी बावा खड़िया करी तानू आह वड्डा कलसी वड़ा भाई छोटा गोरा बहुत तगड़ी जोते का पोता चलिया सबरा बल्ले तेरे सौ रब की तीन तीन चार चार कबड्डिया पाँदा वेख्या जोता भी जवानों सन 1973 ਦੇ ਵਿੱਚ ਜਦੋਂ ਟੀਮ ਆਈ ਹੈ ਯੂਕੇ ਤੋਂ ਕਬੱਡੀ ਖੇਡਣ ਪਹਿਲਾ ਮੈਚ ਹੋਇਆ ਵਾਰ ਹੀਰੋ ਸਟੇਡੀਅਮ ਦੇ ਵਿੱਚ ਤੇ ਜੋਤੇ ਨੇ ਆਹ ਆਹ
ਬਿੱਲੀ ਲੱਲੀਆਂ ਵਾਲਾ ਕੈਂਠਾ ਪਾਇਆ ਮਾਣ ਹੈ ਸਾਨੂੰ ਪਰ ਜੋਤਾ ਕਿੱਥੇ ਕੰਮ ਆਉਂਦਾ ਇੰਗਲੈਂਡ ਕਬੱਡੀਆਂ ਪਾਉਂਦਾ ਆਮਨੇ ਦੇ ਸੱਟ ਲੱਗ ਗਈ ਧੌਣ ਤੇ ਆਹ ਬੱਲੇ ਤੇਰੇ ਸਾਹਿਬ ਸੁਰ ਸਿੰਘ ਸੁਰ ਸਿੰਘ ਪਿੰਡ ਖਾਲਸਿਓਂ ਜ਼ਿਲ੍ਹੇ ਲਾਹੌਰ ਦਾ ਜਿੱਥੋਂ ਦਾ ਵਿਧੀ ਚੰਦ ਸੀ ਸ਼ੇਰਾਂ ਦੌਰ ਦਾ ਉਸ ਜਿਹਾ ਨਾ ਕੰਮ ਕਿਸੇ ਹੋਰ ਦਾ ਇਹ ਸੁਰ ਸਿੰਘ ਦੀ ਧਰਤੀ ਦਾ ਬਹੁਤ ਹੀ ਵਧੀਆ ਤੇਜ਼ ਤਰਾਰ ਖਿਡਾਰੀ ਹੈ ਉੱਡੂ ਉੱਡੂ ਕਰਦਾ ਫਿਰਦਾ ਬਾਜ ਵਾਂਗੂ ਮੈਂ ਕਹਾਂ ਰੁਕਤਾ ਹੂੰ ਅਰਸ਼ੋਂ ਫਰਸ਼ ਕੀ ਆਵਾਜ਼ 'ਚ ਮੁਝਕੋ ਜਾਣਾ ਹੈ ਬਹੁਤ ਉੱਚਾ ਹੱਦ ਦੇ ਪਰਵਾਜ਼ 'ਚ ਚੱਲ ਮੰਨਿਆ ਲਾਲਪੁਰਾ ਦਾ ਪ੍ਰੇਮ ਸਿੰਘ ਜੀ ਲਾਲਪੁਰਾ ਸਾਹਿਬ ਜਿੱਥੇ 400 ਮੀਟਰ ਦੇ ਐਥਲੀਟ ਰਹੇ ਆਲ ਇੰਡੀਆ ਯੂਨੀਵਰਸਿਟੀ ਦੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਜਿਨ੍ਹਾਂ ਨੇ ਖੇਡਾਂ ਦੀ ਗੱਲ ਕਰੀਏ ਅਤੇ ਨਵੇਂ ਰਿਕਾਰਡ ਕਾਇਮ ਕੀਤੇ ਚੱਲ ਲਾਲਪੁਰਾ ਮੰਨੇ ਆਹ ਪ੍ਰੀਤ ਪ੍ਰੀਤ ਪਰ ਮੰਨਾ ਹੈ ਪੂਰੀ ਤਰ੍ਹਾਂ ਬਾਜੀਆਂ ਪਾਉਂਦਾ ਆਹ ਵੇਖ ਮੁੰਡੇ ਦੇ ਪੱਟ ਵੇਖ ਪੱਟ ਵੇਖ ਮੁੰਡੇ ਦੇ ਅਨੂ ਬੁੱਢਾ ਥੇ ਪਾਉਂਦਾ ਕਬੱਡੀ ਮਟਕੇ ਦੋ ਪੈਰ ਘੱਟ ਤੁਰਨਾ ਤੁਰਨਾ ਮਟਕ ਦੇ ਨਾਲ ਮਾਣ ਹੈ ਸਾਨੂੰ ਆਂਦੇ ਬਾਬਾ ਬੁੱਢਾ ਸਾਹਿਬ ਦੀ ਇਹ ਪੁੱਤਰ ਧਰਤੀ 'ਤੇ ਮਾਣ ਹੈ ਸਾਨੂੰ ਕਿ ਇੱਥੋਂ ਮਾਤਾ ਗੋਰਾਂ ਦੀ ਕੁੱਖ 'ਚੋਂ ਜਨਮ ਲੈ ਕੇ ਬਹੁਤ ਮੱਖਣ ਇਹ ਗੁੱਜਰ ਲਾਤਾ ਗੁੱਜਰ ਨੇ ਜੱਫਾ ਲਾਤਾ ਜੱਫ ਮਾਤਾ ਦੀ ਕੁੱਖ 'ਚੋਂ ਜਨਮ ਲੈ ਕੇ ਕੱਥੂ ਨੰਗਲ ਨੂੰ ਮਾਣ ਸਤਿਕਾਰ ਦਿੱਤਾ ਪਿਤਾ ਸੁੱਘਾ ਰੰਧਾਵਾ ਦਾ ਨਾਂ ਸੋਹਣਾ ਉਜਲਾ ਕਰਸੀ ਵਿੱਚ ਸੰਸਾਰ ਦਿੱਤਾ ਪਾਟੀ ਹੋਈ ਮਨੁੱਖਤਾ ਦੀ ਗੋਦੜੀ ਦਾ ਮਾਂ ਪੁਰਸ਼ ਨੇ ਸੀ ਲੰਗਾਰ ਦਿੱਤਾ ਨੂਰੀ ਨਜ਼ਰ ਗੁਰੂ ਨਾਨਕ ਨੇ ਕਿਹਾ ਤੱਕ ਕੇ ਗੱਲਾਂ ਕਰ ਰਿਹਾ ਬੜੀਆਂ ਦਾਨੀਆਂ ਤੂੰ ਅੱਜ ਤੂੰ ਬੂੜੇ ਤੋਂ ਬੁੱਢਾ ਹੈ ਨਾ ਤੇਰਾ ਜੱਚ ਖੱਟੇਗਾ ਬੜਾ ਪ੍ਰਾਣੀਅਤ ਆ ਕਬੱਡੀ ਮਨਿੰਦਰ ਮਡੋਰ ਹਾਂ ਪੁੱਤਰੋਏ ਸਰਪੰਚ ਦਰਸ਼ਨ ਸਿੰਘ ਜੀ ਧਾਰੀਵਾਲ ਸਾਹਿਬ ਜਿਨ੍ਹਾਂ ਨੇ ਕਰਪਾਲ ਸਾਹਿਬ ਦੇ ਨਾਲ ਪੰਜਾਬ ਰੋਡਵੇਜ਼ ਦੇ ਬਤੌਰ ਡਰਾਈਵਰ ਦਾ ਸਫ਼ਰ ਸ਼ੁਰੂ ਕੀਤਾ ਹੈ ਸੋਹਣੀ ਧਾਰੀਵਾਲ ਮੋਹਣੀ ਧਾਰੀਵਾਲ ਪਿੰਡ ਆ ਮਾਣ ਹੈ ਸਰਪੰਚ ਦਰਸ਼ਨ ਸਿੰਘ ਜੀ ਦੇ ਲੱਖਤੇ ਜਿਗਰ ਪ੍ਰਭ ਧਾਰੀਵਾਲ ਵੱਡਾ ਮਾਣ ਸਨਮਾਨ ਭੇਜਦੇ ਨੇ ਰਵਿੰਦਰ ਕੋਛੜ ਦੇ ਨਾਲ ਬੋਲਣ ਲਈ ਮੈਂ ਬਹੁਤ ਧੰਨਵਾਦੀ ਹਾਂ ਗੁੱਟ ਦਾ ਪੀਰ ਮਾਝੇ ਦਾ ਮਜਾਇਲ ਕਬੱਡੀ ਸਟਾਰ ਕਿਰਪਾਲ ਸਾਹ ਰਾਲ ਚਾਲ ਪਾਓ ਕਬੱਡੀ ਸ਼ੇਰਾ ਵੇ ਕਬੱਡੀ ਆ ਵੇ ਕਬੱਡੀ ਸੋਨੂ ਚੀ ਚੀਮਾ ਜੀ ਮੋਨੂ ਚੀਮਾ ਜੀ ਸਿੰਘ ਜੀ ਪੈਟੂ ਸਾਹਿਬ ਮਲਕੀਤ ਸਿੰਘ ਜੀ ਚੀਮਾ ਕਬੱਡੀ ਖਿਡਾਰੀ ਇੰਟਰਨੈਸ਼ਨਲ ਜੀਤੀ ਗੰਡੀ ਵੇਨ ਰਾਮ ਨਾਮ ਧਾਰੀਆ ਜੋਗਾ ਸਵਰਗਪੁਰੀ ਸਵਰਨ ਸਿੰਘ ਸੋਹਲ ਸਰਪੰਚ ਸਾਹਿਬ ਇਹਨਾਂ ਸ਼ਖਸੀਅਤਾਂ ਦਾ ਬੜੇ ਪਿਆਰ ਸਤਿਕਾਰ ਦੇ ਨਾਲ ਸਵਾਗਤ ਵੱਡੇ ਮਾਣ ਸਨਮਾਨ ਭੇਜੇ ਨੇ ਇਹਨਾਂ ਪੰਜਾਬੀ ਬੋਲਾਂ ਦੇ ਮੈਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦੀ ਹਰ ਸਾਲ ਮੈਂ ਸੋਨੂ ਚੀਮਾ ਦੀ ਗੱਲ ਦੱਸਾਂ ਮੈਂ ਕਮੈਂਟਰੀ ਮੇਲੇ 'ਤੇ ਕਬੱਡੀ ਦੀ ਕਮੈਂਟਰੀ ਕਰ ਰਿਹਾ ਅਤੇ ਸੋਨੂ ਚੀਮਾ ਨੇ 20 ਪਾਉਂਡ ਭੇਜੇ ਅਤੇ ਜਦੋਂ ਮੈਂ ਨਾਂ ਅਨਾਊਂਸ ਕੀਤਾ ਤਾਂ ਪਿੱਛੇ ਮੁੜ ਕੇ ਵੇਖਿਆ ਕਿ ਸੋਨੂ ਚੀਮਾ ਨੇ ਹੱਥ ਲਾਇਆ ਮੈਂ ਕਿਹਾ ਬਸ ਕਰੋ ਹੁਣ ਬਥੇਰਾ ਉਸ ਇਲਾਕੇ 'ਚ ਨਾਂ ਦਿੱਤਾ ਮਾਣ ਦਿੱਤਾ ਕਹਿੰਦਾ ਨਹੀਂ ਕੋਚੜ ਸਾਹਿਬ ਇੰਗਲੈਂਡ 'ਚ ਪਾਉਂਡ ਇੱਥੋਂ ਦੀ ਕਰੰਸੀ ਹੈ ਆਹਾ ਵੇਖੋ ਜੱਫਾ ਜੀਵਨ ਘੜਕੇ ਵਾਲਾ ਜੱਫਾ 'ਤੇ ਜੱਫਾ ਲੱਗੂ ਅੱਜ ਇੱਕ ਵਾਰ ਸਾਰੀ ਸੰਗਤ ਨੂੰ ਤਰਨ ਤਰਨ ਬਾਬਾ ਬੁੱਢਾ ਸਾਹਿਬ ਦੇ ਚਰਨਾਂ ਦੇ ਵਿੱਚ ਮੈਂ ਨਵਾਜਦਾ ਇੱਕ ਵਾਰ ਤਾੜੀਆਂ ਮਾਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰ ਦਈਏ ਜਿਹੜੇ ਹਰ ਸਾਲ ਇੰਨਾ ਵੱਡਾ ਮੁਕਾਬਲਾ ਇੰਨੇ ਵੱਡੇ ਮੈਚ ਕਰਾਉਂਦੇ ਆ ਗਿਆ ਗਗਨ ਸਭਰਾ ਜੋ ਤੇਰਾ ਪੋਤਾ ਗੋਪੀ ਮੈਨੂੰ ਪਤਾ ਤੇਰਾ ਜ਼ੋਰ ਲੱਗਾ ਕੱਲ੍ਹ ਬਹੁਤ ਲੇਕਿਨ ਜੱਫਾ ਇੱਕ ਲਾ ਕੇ ਵਿਖਾ ਦੁਨੀਆ ਤੇਰੇ ਜੱਫੇ ਵਾਸਤੇ ਆਈਆਂ ਔਰ ਮੈਨੇਜਰ ਸਾਹਿਬ ਮੇਰੇ ਕੋਲ ਆਏ ਕਹਿੰਦੇ ਕੋਚੜ ਸਾਹਿਬ ਗੋਪੀ ਦਾ ਜੱਫਾ ਦਿਖਾਓ ਮੈਨੇਜਰ ਸਰਦਾਰ ਗੁਰਾਜ ਸਿੰਘ ਜੀ ਉਹਦੇ ਕਰਮੂਵਾਲਾ ਸਾਹਿਬ ਦਾ ਸੁਨੇਹਾ ਮੈਨੂੰ ਭੁਪਿੰਦਰ ਸਿੰਘ ਭੁੱਪੇ ਦਾ ਸੁਨੇਹਾ ਜੋਬਨ ਆਹ ਸੁਹਾਵੇ ਦਾ ਮੇਲਾ ਜੋਬਨ ਲੁੱਟ ਕੇ ਲੈ ਜਾਂਦਾ ਹਰ ਸਾਲ ਜਵਾਨੋ ਬਹੁਤ ਮਾਣ ਹੈ ਸਾਨੂੰ ਅਸਾਂ ਤਾਂ ਜੋਬਨ ਦੀਆਂ ਗੱਲਾਂ ਕਰਨੀਆਂ ਤੈਨੂੰ ਚੜ੍ਹੀ ਜਵਾਨੀ ਵੇਖੋ ਜਵਾਨੀ ਛੋਟੀ ਉਮਰ ਆਹ ਆਹ ਰਾਜਾ ਪੱਧਰੀ ਰਾਜਾ ਪੱਧਰੀ ਰਾਜਾ ਪੱਧਰੀ ਲੈ ਬਈ ਹੁਣ ਅਗਲੀ ਗੱਲ ਸੁਗਿਆ ਕਰ ਲਾ ਤੂੰ ਰਾਜਾ ਪੱਧਰੀ ਦਾ ਜੱਫਾ ਮੈਨੂੰ ਮੁਕਾ ਲੈਂਦੇ ਪੱਧਰੀ ਵਾਲਾ ਰਾਜਾ ਇਸ ਵੇ ਖੇਡੋ ਰਾਜ ਲਵੀ ਤਾੜੀ ਮਾਰ ਦੋ ਆਹ ਹੋਏ ਹੋਏ ਪੁਆਇੰਟ ਕਹਿੰਦੇ ਜਾਫੀ ਦਾ ਆ ਗਿਆ ਲਾਲਪੁਰੀਆ ਕਬੱਡੀ ਦਾ ਕਹਿੰਦੇ ਗੁਰਦਾਸ ਮਾਨ ਕਬੱਡੀ ਪਾਉਣ ਚੱਲਿਆ ਕਿ ਖੇਡਦਾ ਕਬੱਡੀ ਵੇਖੋ ਪੁੱਤ ਜੱਟ ਦਾ 60,000 ਵਾਂਗੂ ਆਉਂਦਾ ਧੂੜਾਂ ਪੜਦਾ ਪਟਲੇ ਦੇ ਝੰਡੀ ਫਿਰ ਫੜਦਾ ਨਾ ਹੋਰ ਨੀ ਸੋਨਾ ਲੀਕਾ ਜਿੰਨਾ ਵੱਲੋਂ ਜੱਟ ਵਿੱਚ ਜ਼ੋਰ ਨੀ
एक कनी दे फरंदीपुरी है, एक कनी लद्दू वाले प्रीत ने बली है। लो सामने कबड्डी दे खेड बदान अंदर पॉइंट धावी है। उधर दविंदर सिंह जी लाली निशारा टाला काका छापा जी साडे सरबजीत पत्रकार साहब वीर का धन्यवाद। मैनेजर गुरा सिंह जी भाई मनजीत सिंह जी बैठे हुए चेयरमैन गुरदीप सिंह नाल है, तेज सरपंच नाल है, खेड मैदान च गुरबचन सिंह जी करमूवाला भी बैठे है। गबरू दी पई हुई कबड्डी चार जाफी है। यह आ साबा सुर सिंह का कि सुर सिंह पिंड भलवाना का सूर वीर जवाना है, ऋषि मुनि अवतारा का और निहंग सिंह सरदारा का। लाओ कलसिया पिंड का गोरा समय खेड च कहते बुद्ध ही करी आता है, बुद्ध ही करी आता है। वो जिदा स्वाद आता ताड़ी बारे की ख्याल आ, ताड़िया बजिया ताड़िया तो पता लगता इन्हों लोगों के मन लग्या का इतने दुनिया बुझती योध्या को नाम नहीं लगा भज्जियां का। लाओ खेड मैदान च गभरू कहते जैमल संघा कबड्डी पा रहा है। वो फरंदीपुर का गोपी कहते हिमालिया पर्वत वो संघिया वालिया किनू छेड़ बैठा, वो किनू छेड़ बैठा संघिया वालिया किनू छेड़ बैठा। भजला भजया जाता है भजला 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 वाह। अगली गल माइक ते कोछड़ साहब आ मुंडे की पई हुई कबड्डिया बुढ़े थे वाला खेड मैदान कबड्डी पाने वास्ते बद आया है कि जोधे रण में जूझते पौधे तलवारा उस डाढ़े दे हाथ होंदिया जितां दे हारा, उस डाढ़े दे हाथ होंदिया जितां दे हारा। लो एक कनी दे कुकू का दराज के पिंड है तो शहीद पिंड का लाडी तो पट्टी दे बलजीत ने गल की है। पॉइंट इस वे धावी दे से जुड़द आया है कि बीके जौल का टरंटो शहर बोलता खेडी हुई कबड्डी बोलती वो पासा वट के नहीं राजा खेला नंघदा, वो मित्रां दे पिंड कोल दी पासा वट के नहीं राजा खेला नंघदा मित्रां दे पिंड कोल दी। साढ़े बाबा फतेह सिंह जी बाबा कश्मीर सिंह जी भूरी वाले उन्होंने नाम तो प्यार पैदा कर गए है। लाओ कहिंदे बिरकां दा पुत ते शिशरे वालीए कद्दी दा चेला मलकीत चीमियां वाले दे नाल रल के कबड्डी खेडी ते आ कौन है कहिंदे तेजा सिंह वाला पिंड है गोपी नाम है जिन्हें कहते जफा ला के बहजा बहजा कराई है। चलो नदौर वालिया पा कबड्डी नदौर का कबड्डी कप वड्डा ते आ मुंडे ने कहते नदौर का नाम होर चमका के रखता है। मनजिंदर इस समय खेड मैदान च नदौर वाला कबड्डी पाने बाद आया है। सामने चार जाफी खड़े है एक कनी दे शहीदां वाला है लाडी दराज के पिंड दा ते नाल कहते गुजर कौन डकू लाओ सामने ये आ दराज के पिंड दा कुकू के दा मारे भलवानी रेडर दूरे कर दिंदा है। पल दे विच ही घटदे नंबर पूरे कर दिंदा है, पल दे विच ही घटदे नंबर पूरे कर दे जोते दा है पुत्र गगन मित्र कबड्डी पाउण चलिया ਉਹਦਾ ਪੋਤਾ ਹੈ ਦਾਦੇ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਹੁਣ ਵੇਖੋ ਮੈਨੂੰ ਪੰਜ ਵੜੀਆ ਆ ਗਿਆ ਸਾਹਮਣੇ ਜੱਫਾ ਕੌਣ ਭਰੇਗਾ ਗੋਪੀ ਤੇਜਾ ਸਿੰਘ ਵਾਲਾ ਬੱਬਰ ਸ਼ੇਰ ਪ੍ਰੀਤ ਆਹ ਮੈਨੂੰ ਨਹੀਂ ਲਾਲੀ ਆਹ ਪ੍ਰੀਤ ਲੱਗਾ ਜੇ ਜਵਾਨੋ ਆਹ ਮਾਰਿਆ ਹੀ ਚੁੱਕ ਕੇ ਆਹ ਬੱਗੀ ਤਿੱਤਰੀ ਕਮਾਦੋਂ ਨਿਕਲੀ ਅਤੇ ਉੜਦੀ ਨੂੰ ਬਾਜ ਪੈ ਗਿਆ ਪਰ ਨਹੀਂ ਪਰ ਮੇਰਾ ਕਿਹਾ ਤਿੱਤਰੀ ਦਾ ਨਿਕਲਾ ਹੀ ਬਾਜ ਕੋਲੋਂ ਇਹ ਆ ਗਗਨ ਗਗਨ ਇਹ ਫੜਨੇ ਸੌਖੇ ਨਹੀਂ ਜਵਾਨੋ ਜਿਹਨਾਂ ਮਿਹਨਤ ਕੀਤੀ ਏ ਉਹ ਸ਼ੇਰਾਂ ਵਰਗੇ ਨੇ ਮਰਦ ਦਲੇਰਾਂ ਵਰਗੇ ਨੇ ਗੁਰੂ ਦੀਆਂ ਮੇਰਾਂ ਵਰਗੇ ਨੇ ਮਨੀ ਇਹਨਾਂ ਦੇ ਆਫਰੀ ਨੇ ਇਹ ਫੜਨੇ ਸੌਖੇ ਨਹੀਂ ਆ ਗਿਆ ਜੀਵਨ ਘੜਕੇ ਵਾਲਾ ਆ ਗਿਆ ਜੀਵਨ ਘੜਕਾ ਆਓ ਜੀ ਆਓ ਜੀਵਨ ਘੜਕਾ ਮਾਣ ਸਾਨੂੰ ਸਾਡੇ ਲਾਲੀ ਭਾਅ ਜੀ ਲਾਲੀ ਨਿਸ਼ਹਿਰਾ ਢਾਲਾ ਮੋਨੂ ਚੀਮਾ ਗੋਪੀ ਫਰੰਦੀਪੁਰੀਏ ਵਾਸਤੇ ਸਪੈਸ਼ਲ ਮਾਣ ਆਇਆ ਬਈ ਸਾਡੇ ਬਹੁਤ ਹੀ ਸਤਿਕਾਰਯੋਗ ਕਬੱਡੀ ਦੇ ਦੀਵਾਨੇ ਕਹਿ ਦਿਆਂ ਮੈਂ ਬਹੁਤ ਮਾਣ ਹੈ ਸਾਨੂੰ ਸਰਪੰਚ ਸਾਹਿਬ ਦੋ ਭਾਈ ਸੋਨੂ ਚੀਮਾ ਮੋਨੂ ਚੀਮਾ ਗੋਪੀ ਤੇਰੇ ਵਾਸਤੇ 500 ਰੁਪਈਆ ਮੇਰੇ ਕੋਲ ਆਇਆ ਜਵਾਨਾ ਆਹ ਫੜ ਲੈ ਤੂੰ ਆ ਕਬੱਡੀ ਦਾ ਪਲੇਅਰ ਆ ਕਿਤੇ ਕਾਕਾ ਤੂੰ ਲੈ ਕੇ ਗਾਂਹ ਨਾ ਹੋ ਜਾਏ ਉਹਨੇ ਮੈਨੂੰ ਸਾਫਾ ਪਾ ਲੈਣਾ ਨਹੀਂ ਤੈਨੂੰ ਹਾਂ ਤੇਰਾ ਠੀਕ ਹੈ ਹਾਂ ਫੜ ਲੈ ਪੁੱਤਰਾ ਉਹ ਕਈ ਵਾਰੀ ਪੁੱਛਣਾ ਵੀ ਪੈਂਦਾ ਨਾ ਹਾਓ ਪਾਓ ਕਬੱਡੀ ਆ ਚੱਲਿਆ ਈ ਬਾਜ ਆ ਬੱਲੇ ਹੋ ਤੇਰੇ ਨਹੀਂ ਰੀਛਾਂ ਤੇਰੀਆਂ ਬਾਜ ਦੀਆਂ ਬਾਜ ਬੜੀਆਂ ਖੂਬੀਆਂ ਦਾ ਮਾਲਕ ਪੰਛੀ ਹੈ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਅੰਗ ਸੰਗ ਰੱਖਿਆ ਬਾਜ ਆ ਗਿਆ ਪੱਧਰੀ ਵਾਲਾ ਬੱਬਰ ਸ਼ੇਰ ਬੱਲੇ ਬੱਲੇ ਨਹੀਂ ਰੀਛਾਂ ਆ ਜਾਂਦਾ ਈ ਬਾਜ ਹਮਾਮੋ ਕਬੂਤਰ ਕਾ ਭੁੱਖਾ ਨਹੀਂ
ਕਿ ਹੈ ਬਾਜ ਕੀ ਨੀਅਤ ਜੈਦਾਨਾ ਜਪਟਨਾ ਲਪਕਨਾ ਲਪ ਕਰ ਜਪਟਨਾ ਲਹੂ ਗਰਮ ਰੱਖਣੇ ਕਾ ਹੈ ਇੱਕ ਬਹਾਨਾ ਲਹੂ ਗਰਮ ਰੱਖਣੇ ਕਾ ਹੈ ਇੱਕ ਬਹਾਨਾ ਅਮਨ ਮਸਤ ਗੜੀਆ ਨਾ ਜਾਵੀ ਮਸਤਾਂ ਦੇ ਵੇਲੇ ਅਮਨ ਆਓ ਜੀ ਪ੍ਰਵੀਨ ਜੀ ਧੰਨਵਾਦ ਦੂਰਦਰਸ਼ਨ ਜਲੰਧਰ ਦੀ ਟੀਮ ਦਾ ਅਸੀਂ ਸਵਾਗਤ ਕਰਦੇ ਹਾਂ ਬਹੁਤ ਸੀਨੀਅਰ ਕੈਮਰਾਮੈਨ ਵੀ ਸਾਡੇ ਕੋਲ ਪਹੁੰਚੇ ਨੇ ਉਹ ਸਟੇਜ 'ਤੇ ਹੋਵੋ ਮੇਨ ਗੱਲ ਤਾਂ ਸਟੇਜ 'ਤੇ ਜਾਂ ਕਬੱਡੀ ਦੇ ਖਿਡਾਰੀਆਂ ਵੱਲ ਆ ਬਿੱਲੀ 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 ਮੱਲੀਆਂ ਮੱਲੀਆਂ ਦੀ ਗੱਲ ਹੋਣੀ ਹੈ ਨਹੀਂ ਲੱਲੀਆਂ ਸੰਦੀਪ ਲੱਲੀਆਂ ਦਾ ਇਹ ਹੈ ਬਿੱਲੀ ਲੱਲੀਆਂ ਦਾ ਲੱਲੀਆਂ ਵਾਲਾ ਬਿੱਲੀ ਡੱਕਣ ਦੀ ਕੋਸ਼ਿਸ਼ ਕਰਦਾ ਪਰ ਪੁਆਇੰਟ ਇਸ ਸਮੇਂ ਧਾਵੀ ਦੇ ਸੇ ਜੁੜਦਾ ਆ ਚਲੋ ਗੱਭਰੂਗਾ ਪਾ ਕਬੱਡੀ ਲੋ ਨਦੌਰ ਵਾਲਾ ਮਨਜਿੰਦਰ ਫਿਰ ਕਬੱਡੀ ਪਾਉਣ ਚੱਲਿਆ ਨਦੌਰ ਵਾਲੇ ਮਨਜਿੰਦਰ ਦੀ ਕਬੱਡੀ ਹੈ ਕਿ ਭਾਵੇਂ ਰੇਡ ਹੈ ਸੈਕਿੰਡ 30 ਦੀ ਪਰ ਹਿਲਦੀ ਹੈ ਇੱਕ ਧਰਤੀ ਦੀ ਤੱਕ ਤਕੜੇ ਜ਼ੋਰ ਚੋਬਰਾਂ ਦੇ ਰੂਹ ਅਸ਼ਕੇ ਅਸ਼ਕੇ ਕਰਦੀ ਜੀ ਕਿ ਨਵੇਂ ਪਿੰਡ ਦੇ ਰਾਜੇ ਖੇਲੇ ਨੇ ਗੱਲ ਗੁੱਲੀ ਵਾਂਗੂ ਘੜਤੀ ਜੀ ਨਵੇਂ ਪਿੰਡ ਦੇ ਰਾਜੇ ਖੇਲੇ ਨੇ ਗੱਲ ਗੁੱਲੀ ਵਾਂਗੂ ਘੜਤੀ ਦੇ ਮੈਨੂੰ ਲੱਗਦਾ ਸ਼ੀਤਾਂ ਵਾਲਾ ਜੱਬ ਪੈ ਕੇ ਬਹਿ ਗਿਆ ਨਦੌਰ ਵਾਲੇ ਨੂੰ ਉਹ ਨਦੌਰ ਵਾਲੇ ਨੂੰ ਜੱਬ ਪਾ ਕੇ ਬਹਿ ਗਿਆ ਪੁਆਇੰਟ ਕਹਿੰਦੇ ਜਾਪੀ ਦੇ ਸੇ ਜੁੜਦਾ ਹੈ ਗੋਪੀ ਉਹਨਾਂ ਨੇ ਤੁਹਾਡਾ ਨਦੌਰ ਵਾਲਾ ਢਾਇਆ ਉਹ ਸਵਾਦ ਤਾਂ ਆਉਂਦਾ ਜੇ ਮੰਨੇ ਨੂੰ ਢਾਉਣਾ ਕਿ 21 ਪਾਉਣ ਸ਼ਰੀਕ ਦਾ 31 ਪਾਉਣੀ ਪੈਂਦੀ ਹੈ ਜੇ 21 ਪਾਉਣ ਸ਼ਰੀਕ ਤੇ 31 ਪਾਉਣੀ ਪੈਂਦੀ ਹੈ ਲਓ ਲਾਲਪੁਰੀਆ ਦੇ ਕਹਿੰਦੇ ਫਰੰਦੀਪੁਰੀਆ ਹੋ ਗਿਆ ਮੂਹਰੇ ਫਰੰਦੀਪੁਰੀਆ ਹੋ ਗਿਆ ਮੂਹਰੇ ਉਹ ਕਿੰਨਾ ਕੁ ਸਵਾਦ ਆਉਂਦਾ ਤਾੜਾ ਮਾਰ ਕੇ ਦੱਸੋ ਦਰਸ਼ਕ ਵੀਰੋ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਕਬੱਡੀ ਲਓ ਚਾਚਲ ਸਿੰਘ ਦਾ ਪੁੱਤ ਜੋਬਣ ਨਾਮ ਹੈ ਸਠਿਆਲੇ ਦੇ ਕਬੱਡੀ ਕੱਪ ਤੋਂ ਗੱਭਰੂ ਨੇ ਕਹਿੰਦੇ ਲੰਡੀ ਜੀਪ ਜਿੱਤ ਕੇ ਰਾਤ 1:30 ਵਜੇ ਘਰ ਲੈ ਕੇ ਆਉਂਦੀ ਤੇ ਨਗਾਰਿਆਂ ਦੀ ਗੂੰਜ ਕਹਿੰਦੇ ਚੈਂਚਲ ਸਿੰਘ ਦੇ ਘਰ ਵੱਜੀ ਪਹਿਲਾ ਫਕਾਰਾ ਜੀਪ ਨੇ ਕਹਿੰਦੇ ਚੋਲਾ ਸਾਹਿਬ ਮਾਰਿਆ ਤੇ ਕਹਿੰਦੇ ਦਰਸ਼ਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ ਲੋਕ ਰਾਤ 1:30 ਵਜੇ ਤੱਕ ਹਾਰ ਲੈ ਕੇ ਤੁਰੇ ਫਿਰਦੇ ਰਹੇ ਕਿ ਜਦੋਂ ਲੈਬ ਪਤਾ ਲੱਗਾ ਤੇ ਆ ਕਹਿੰਦੇ ਪੱਧਰੀ ਵਾਲਾ ਰਾਜਾ ਗੋਪੀ ਬਾਂਸਰ ਕਮਲੇ ਦਾ ਜਿਗਰੀ ਯਾਰ ਰਾਜਾ ਪੱਧਰੀ ਵਾਲਾ ਇਹਨੇ ਗੱਭਰੂ ਨੇ ਕਹਿੰਦੇ ਸਰੀ ਦਾ ਬੈਲ ਸੈਂਟਰ ਲਾਇਆ ਸਰੀ ਦਾ ਬੈਲ ਸੈਂਟਰ ਲਾਇਆ ਬੰਦੇ ਤੇਰੇ ਗੱਭਰੂ ਨੇ ਰੇਲ ਦਾ ਕਮਲ ਕੇ ਛੁੱਟ ਕੇ ਕਿੱਧਰ ਦਾ ਪਹੁੰਚਿਆ ਪੁਆਇੰਟ ਪੁਆਇੰਟ ਮਾਣ ਹੈ ਸਾਨੂੰ ਬਈ ਇਹ ਆ ਰੇਲ ਡੱਕਣ ਵਾਲੀ ਗੱਲ ਜਵਾਨੋ ਲਿਆ ਜੇ ਗਗਨ ਬਹੁਤ ਵਧੀਆ ਮਾਣ ਹੈ ਸਾਨੂੰ ਪਾਓ ਕਬੱਡੀ ਸ਼ੇਰਾ ਪਾਓ ਗਗਨ ਕਬੱਡੀ ਗਗਨ ਕਾਕਾ ਛਾਪਾ ਸਰਪੰਚ ਲਾਲੀ ਨਸ਼ਹਿਰਾ ਢਾਲਾ ਵੱਡੇ ਮਾਣ ਸਨਮਾਨ ਭੇਜਦੇ ਨੇ ਅਤੇ ਗਗਨ ਦੀ ਕਬੱਡੀ ਪੈ ਗਈ ਆ ਜਵਾਨੋ ਅੱਗੋਂ ਹਟ ਜਾਓ ਸਾਨੂੰ ਕੈਮਰਾਮੈਨ ਸਾਹਿਬ ਆ ਜਰਾ ਰਾਜ ਛੱਡ ਜਾਓ ਆਹ ਬਿੱਲੀ ਲੱਗਾ ਬਿੱਲੀ ਆਹਾ ਬੱਲੇ ਸੰਦੀਪ ਨਹੀਂ ਰੀਸਾਂ ਤੇਰੀਆਂ ਕਰ ਆਰਡਰ ਬੰਦ ਪਰ ਨਹੀਂ ਜਵਾਨਾ ਵਾਂਟ ਧਾਬੀ ਦਾ ਚਲੋ ਬੁੱਢੇ ਥੇ ਵਾਲਿਆ ਪਾ ਕਬੱਡੀ ਅਨੂ ਆ ਗਿਆ ਸਮੇਂ ਖੇਡ ਮੈਦਾਨ 'ਚ ਬੁੱਢੇ ਥੇ ਵਾਲਾ ਕਬੱਡੀ ਪਾਉਣ ਵਾਸਤੇ ਸਾਡੇ ਗੁਰਾ ਸਿੰਘ ਜੀ ਦਾਸ ਮੈਨੇਜਰ ਬੈਠੇ ਹੈ ਦਲਬਾਗ ਮੇਰਾ ਵੀਰ ਬੈਠਾ ਦਵਿੰਦਰ ਸਿੰਘ ਜੀ ਲਾਲੀ ਨਿਸ਼ਹਿਰਾ ਢਾਲਾ ਵੀ ਬੈਠਾ ਸਿਰੇ ਦਾ ਮੈਚ ਖੇਡ ਮੈਦਾਨ ਦੇ 'ਚ ਖੇਡਿਆ ਜਾ ਰਿਹਾ ਐਸਰ ਟੈਲੀਕਾਮ ਵਾਲੇ ਵੱਡਾ ਮਾਣ ਕਰਦੇ ਹੈ ਅਨੂ ਕਹਿੰਦੇ ਬੁੱਢੇ ਥੇ ਵਾਲਾ ਕਬੱਡੀ ਪਾਉਣ ਨੂੰ ਵਧਿਆ ਹੈ ਕਿ ਖੇਡ ਦੇ ਮੈਦਾਨ ਵਿੱਚ ਖਿੱਚੀ ਆ ਲਕੀਰ ਅੱਜ ਪਤਾ ਲੱਗੂ ਕਿਹਦਾ ਤਕੜਾ ਸਰੀਰ ਉਹ ਕੱਦੀ ਚੀਮੇ ਵਾਂਗੂ ਪਾ ਦਿਓ ਕਬੱਡੀਆਂ ਜਿੱਤਣ ਨਹੀਂ ਦੇਣੇ ਹੋਰ ਮਿੱਤਰੋ ਜਾਓ ਸਾਹਮਣੇ ਪਿਆ ਕੱਪ ਕਿੰਨੇ ਚੁੱਕਣਾ ਜੈਮਲ ਲੈ ਬਈ ਹੁਣ ਗੋਪੀ ਬਿੱਲੀ ਹਾਂ ਤੇਜਾ ਸਿੰਘ ਵਾਲਿਆ ਆ ਕਰਕੇ ਵੇਖ ਲਓ ਗੱਲ ਹੁਣ ਆ ਬਾਬਾ ਬੁੱਢਾ ਜੀ ਦਾ ਜੋੜ ਮੇਲਾ ਮੈਨੇਜ ਆ ਗੋਪੀ ਆ ਗੋਪੀ ਆ ਗੋਪੀ ਬਾਰਡਰ ਬੰਦ ਬਾਰਡਰ ਬੰਦ ਬਹੁਤ ਵਧੀਆ ਪਰ ਉਹ ਵੀ ਕਿਹੜਾ ਘੱਟ ਆ ਉਹ ਲੱਤਾਂ ਦੇ ਵਿੱਚ ਦੀ ਨਿਕਲ ਗਿਆ ਆਹ ਨਿਕਲ ਗਿਆ ਜਵਾਨੋ ਜਿੰਨਾ ਮਿਹਨਤ ਕੀਤੀ ਉਹ ਸ਼ੇਰਾਂ ਵਰਗੇ ਨੇ ਇਹ ਮਰਦ ਦਲੇਰਾਂ ਵਰਗੇ ਨੇ ਪਾ ਕਬੱਡੀ ਆਹ ਸੁਰ ਸਿੰਘ ਆਹ ਕੁਝਾ ਭਰਿਆ ਲੀਰਾਂ ਦਾ ਸੁਰ ਸਿੰਘ ਪਿੰਡ ਫਕੀਰਾਂ ਦਾ ਆਈ ਜਾਵੇ ਤੇ ਲੱਦੀ ਜਾਵੇ ਲੱਦੀ ਜਾਵੇ ਤੇ ਆਈ ਜਾਵੇ ਚੱਲੋ ਤਾਬੇ ਦਾ ਉਹ ਛੋਟੇ ਵੀਰ ਪਾ ਕਬੱਡੀ ਖੁੱਲ੍ਹ ਕੇ ਪਾ ਲਾ ਹੱਥ ਕਿਸੇ ਨੂੰ ਹੱਥ ਹਾਂ ਹਾਂ ਦਰਾਜ ਕੇ ਆ ਦਰਾਜ ਕੇ ਉਹ ਜੇ ਤਾਂ ਬਾਕੇ ਸਵਾਦ ਆਉਂਦਾ ਗਰਮ ਗੁਰਮ ਕਰ ਦਿਓ ਮੈਚ ਤਾੜੀ ਤੂੜੀ ਮਾਰ ਦਿਓ ਦਰਸ਼ਕ ਵੀਰੋ 29 ਤਰੀਕ ਬਕਰਾ ਉਰਦੀ ਹੈ ਕਬੱਡੀ ਦਾ ਵੱਡਾ ਮਹਾਕੁੰਭ ਹੋਣ ਜਾ ਰਿਹਾ 29 ਤਰੀਕ ਕਹਿੰਦੇ ਬਕਰਾ ਉਰ ਦੇ ਵਿੱਚ ਵੱਡਾ ਸਲਾਨਾ ਜੋੜ ਮੇਲਾ ਲੱਗਣਾ ਇੱਕ ਸਾਈਡ 'ਤੇ ਕਹਿੰਦੇ ਅੱਜ ਫਰੰਦੀਪੁਰੀਏ ਗੋਪੀ ਦੀ ਹਿਮਾਲਿਆ ਪਰਬਤ ਦੀ ਟੀਮ ਹੈ ਦੂਜੀ ਸਾਈਡ 'ਤੇ ਮਾਝਾ ਖਾਲਸਾ ਘਰਿਆਲਾ ਸਾਡੇ ਭਾਈ ਮਨਜੀਤ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੈਠੇ ਹੈ ਸੰਤ ਕਰਤਾਰ ਸਿੰਘ ਜੀ ਖਾਲਸਾ ਦਾ ਜਨਮ ਦਿਹਾੜਾ ਕਹਿੰਦੇ ਥੋੜ੍ਹੇ ਹੀ ਦਿਨ ਰਹਿ ਗਏ ਹੈ ਤਿਆਰੀਆਂ ਵੱਡੀਆਂ ਚੱਲਦੀਆਂ ਮਿਹਨਤ ਵੱਡੀ ਕੀਤੀ ਜਾ ਰਹੀ ਹੈ
ਉੱਥੇ ਵੀ ਸਿਰੇ ਦਾ ਕਬੱਡੀ ਦਾ ਮੈਚ ਵੀ ਹੁੰਦਾ ਤੇ ਸੰਗਤਾਂ ਦਾ ਕਹਿੰਦੇ ਠਾਠਾ ਮਾਰਦਾ ਇਕੱਠ ਭੂਰਾ ਕੋਨਾ ਨਗਰ ਦੇ ਵਿੱਚ ਮੈਨੇਜਰ ਸਰਦਾਰ ਗੁਰਾ ਸਿੰਘ ਜੀ ਜਿਨ੍ਹਾਂ ਨੇ ਇਸ ਮੇਲੇ ਨੂੰ ਕਾਮਯਾਬ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੀ ਦੇਵ ਮਾਣ ਹੈ ਸਾਨੂੰ ਜਿੱਥੇ ਦਾ ਗੁਰਭਜਨ ਸਿੰਘ ਜੀ ਕਰਮੋਲਾ ਸਾਹਿਬ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਅਤਿ ਧੰਨਵਾਦੀ ਹਾਂ ਭਾਈ ਮਨਜੀਤ ਸਿੰਘ ਜੀ ਅਤਰੰਗ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਦੇ ਭੂਰਾ ਕੋਨਾ ਮਾਣ ਹੈ ਸਾਨੂੰ ਬੜੀ ਪਵਿੱਤਰ ਧਰਤੀ ਹੈ ਕਬੱਡੀ ਮੁਕਾਬਲੇ ਹੁੰਦੇ ਉੱਧਰ ਜਿੰਨਾ ਚਿਰ ਮੈਚ ਰੁਕਿਆ ਪਾਵਨ ਗੁਰਧਾਮਾਂ ਦੀਆਂ ਸਿੜੀ ਇਮਾਰਤਾਂ ਦੀ ਸੇਵਾ ਹੈ 21 ਅਕਤੂਬਰ ਸੰਤ ਕਰਤਾਰ ਸਿੰਘ ਜੀ ਖਾਲਸਾ ਦਾ ਜਨਮ ਦਿਹਾੜਾ ਆਪ ਸੰਗਤਾਂ ਨੂੰ ਭੂਰੇ ਕੋਨੇ ਨਗਰ ਖੁੱਲ੍ਹੇ ਸੱਦੇ ਹੈ 21 ਤਰੀਕ ਗੁਰਦੁਆਰਾ ਬੀੜ ਬਾਬਾ ਬੁੜਾ ਸਾਹਿਬ ਜੀ ਠੱਠਾ ਝਵਾਲ ਸੰਨ ਸਾਹਿਬ ਜੀ ਬਾਸਰ ਕੇ ਗਿੱਲਾਂ ਇਹ ਪਾਵਨ ਗੁਰਧਾਮਾਂ ਦੀ ਇਮਾਰਤਾਂ ਦੀ ਜਿਹੜੀ ਸੇਵਾ ਕਰਾਈ ਜਾਂਦੀ ਹੈ ਆਪਾਂ ਧੰਨਵਾਦ ਕਰਦੇ ਮੈਨੇਜਰ ਗੁਰਾ ਸਿੰਘ ਜੀ ਇਕੱਲੀ ਇਕੱਲੀ ਕਬੱਡੀ ਦੇ ਨਿਗਾਹ ਇਕੱਲੇ ਇਕੱਲੇ ਜੱਫੇ ਦੇ ਨਿਗਾਹ ਮੇਲੇ ਦੀਆਂ ਤਿਆਰੀਆਂ ਵੱਡੀਆਂ ਕੀਤੀਆਂ ਰੂਹ ਖੁਸ਼ ਹੈ ਸਾਡੇ ਗੁਰਭਜਨ ਸਿੰਘ ਜੀ ਕਰਮੂਵਾਲਾ ਬੈਠੇ ਹੈ ਨਾਲ ਮੇਰਾ ਵੀਰ ਹੈ ਜਤਿੰਦਰ ਤੇਜ ਸਰਪੰਚ ਤਗਾਣਾ ਦੇ ਚੇਅਰਮੈਨ ਗੁਰਦੀਪ ਸਿੰਘ ਜੀ ਧਾਲੀਵਾਲ ਵੀ ਮੌਜੂਦ ਬੈਠੇ ਹੈ ਆਓ ਖੇਡ ਮੈਦਾਨ ਜਗਣੀ ਕਬੱਡੀ ਅਮਨ ਕਹਿੰਦੇ ਬਿਰਕਾਂ ਦਾ ਪੁੱਤ ਕਬੱਡੀ ਪਾਉਣ ਨੂੰ ਵੱਧ ਆਇਆ ਹੈ ਹਰਜੀਤ ਸਿੰਘ ਜੀ ਲਾਲੂ ਘੁੰਮਣ ਸਾਹਿਬ ਮੀਤ ਸਕੱਤਰ ਸ਼੍ਰੋਮਣੀ ਕਮੇਟੀ ਮਾਣ ਹੈ ਸਾਨੂੰ ਗੁਲਜ਼ਾਰ ਸਿੰਘ ਜੀ ਚੀਫ ਗੁਰਦੁਆਰਾ ਇੰਸਪੈਕਟਰ ਸਾਹਿਬ ਸਤਨਾਮ ਸਿੰਘ ਜੀ ਐਡੀਸ਼ਨਲ ਮੈਨੇਜਰ ਜਰਨੈਲ ਸਿੰਘ ਜੀ ਸਗਾਵਾਂ ਸੋਨੂੰ ਚੀਮਾ ਮਾਣ ਹੈ ਸਾਨੂੰ ਮੋਨੂੰ ਚੀਮਾ ਦਰਸ਼ਨ ਸਿੰਘ ਜੀ ਧਾਲੀਵਾਲ ਸਰਪੰਚ ਆ ਗਈ ਕਬੱਡੀ ਵੇਖੋ ਇਹ ਆ ਵੱਧ ਕੇ ਹੱਥ ਲਾਇਆ ਨਹੀਂ ਖੱਪ ਨਹੀਂ ਪਾਉਣੀ ਬਲਬੀਰ ਸਿੰਘ ਨੂੰ ਕਬੱਡੀ ਦਾ ਗੁਰੂ ਆਖਿਆ ਜਾਂਦਾ ਹੈ ਰੈਫਰੀਆਂ ਦਾ ਰੈਫਰੀ ਹੈ ਕਹਿੰਦੇ ਸਹੀ ਫੈਸਲਾ ਦੇਣ ਰੈਫਰੀ ਆਪ ਖਿਡਾਰੀ ਜੋ ਸਹੁੰ ਕਦੇ ਨਹੀਂ ਖਾਂਦੇ ਹੁੰਦੇ ਅਸਲ ਖਿਡਾਰੀ ਜੋ ਸਹੁੰ ਕਦੇ ਨਹੀਂ ਖਾਂਦੇ ਹੁੰਦੇ ਅਸਲ ਖਿਡਾਰੀ ਜੋ ਚੱਲ ਨਦੌਰ ਵਾਲਿਆ ਪਾ ਕਬੱਡੀ ਉੱਧਰ ਸਾਡੇ ਕਾਕਾ ਛਾਪਾ ਜੀ ਲਾਲੀ ਦਵਿੰਦਰ ਸਿੰਘ ਜੀ ਲਾਲੀ ਨਸ਼ਹਿਰਾ ਢਾਲਾ ਮਾਂਜਰ ਗੁਰਾ ਸਿੰਘ ਦੇ ਨਾਲ ਵੱਡਾ ਪਿਆਰ ਹੈ ਲਓ ਖੇਡ ਮੈਦਾਨ 'ਚ ਨਦੌਰ ਵਾਲੇ ਮਨਜਿੰਦਰ ਦੀ ਪਾਈ ਹੋਈ ਕਬੱਡੀ ਤੱਕ ਦਲਬਾਗ ਸਿਆਂ ਤੇਰੀ ਵੀ ਮਿਹਨਤ ਵੱਡੀ ਹੈ ਮਿਹਨਤ ਰੰਗ ਲੈ ਕੇ ਆਈ ਹੈ ਕਬੱਡੀ ਦਾ ਵੱਡਾ ਖੇਡ ਮੇਲਾ ਲਓ ਸਾਹਮਣੇ ਸਵੇ ਉਹ ਗੁਜਰਾਂ ਦਾ ਮੁੰਡਾ ਤੱਕਣ ਦੀ ਗੱਲ ਕਰਦਾ ਹੈ ਪਰ ਨਦੌਰ ਵਾਲਾ ਤਾਂ ਕਹਿੰਦੇ ਧੂੜਾਂ ਪੱਟੀ ਜਾਂਦਾ ਹੈ ਕਿ ਧੂੜਾਂ ਪੱਟੀ ਜਾਂਦੇ ਨੇ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ ਧਾਵੀ ਫੜਨੇ ਸੌਖੇ ਨਹੀਂ ਯਾਰੋ ਚੀਮਾਂ ਤੇ ਕਲਜੀਤਾ ਆਮੋ ਸਾਹਮਣੇ ਹੋ ਗਈਆਂ ਟੀਮਾਂ ਹਾਫ ਟਾਈਮ ਹੋ ਗਿਆ ਸਾਡੇ ਸਰਦਾਰ ਹਰਜੀਤ ਸਿੰਘ ਜੀ ਲਾਲੂ ਘੁੰਮਣ ਮੇਲਾ ਇੰਚਾਰਜ ਸਰਦਾਰ ਗੁਲਜ਼ਾਰ ਸਿੰਘ ਜੀ ਚੀਫ ਗੁਰਦੁਆਰਾ ਇੰਸਪੈਕਟਰ ਸਰਦਾਰ ਗੁਰਚਰਨ ਸਿੰਘ ਜੀ ਕੋਹਾਲਾ ਇੰਚਾਰਜ ਸਰਬਦਿਆਲ ਸਿੰਘ ਜੀ ਗੁਰਦੁਆਰਾ ਇੰਸਪੈਕਟਰ ਸਾਹਿਬ ਰਾਜਾ ਪੱਧਰੀ ਹੁਣ ਕੈਨੇਡਾ ਖੇਡ ਕੇ ਆਇਆ ਔਰ ਟੀਮਾਂ ਸਾਈਡਾਂ ਤਬਦੀਲ ਕਰ ਲਈਆਂ ਨੇ ਮਾਣ ਹੈ ਸਾਨੂੰ ਆਰਾਮ ਦੇ ਪਾਲਿਆ ਹੈ ਪਾਣੀ ਦਾਣੀ ਪੀਣਗੇ ਕਿਉਂਕਿ ਅੱਜ ਕੱਲ੍ਹ ਪਾਣੀ ਗਰਾਊਂਡ ਦੇ ਵਿੱਚ ਨਹੀਂ ਪੀਤਾ ਜਾਂਦਾ ਅੱਜ ਕੱਲ੍ਹ ਪਾਣੀ ਹਾਫ ਟਾਈਮ ਦੇ ਵਿੱਚ ਹੀ ਹੈ ਤੁਹਾਡੇ ਸਾਹਮਣੇ ਔਰ ਇਸ ਤੋਂ ਬਾਅਦ ਵੀ ਨੰਬਰਾਂ ਕਿਹਦੇ ਕੋਲ ਨੇ ਨੰਬਰਾਂ ਵਾਲਾ ਵੀਰ ਮੇਰਾ ਓ 24 13 ਬੱਲੇ ਓ ਬੱਲੇ 24 13 13 ਦੂਣਾ 26 ਆ ਅਤੇ 26 ਰਹਿਣ ਦੇ ਜਿੱਥੇ ਸਾਡੀ ਲੱਗੀ ਆ ਤੂੰ ਲੱਗੀ ਰਹਿਣ ਦੇ ਲੋਕ ਕਹਿੰਦੇ ਠੱਗੀ ਆ ਅਤੇ ਠੱਗੀ ਰਹਿਣ ਦੇ ਜਿੱਥੇ ਸਾਡੀ ਲੱਗੀ ਆ ਤੂੰ ਲੱਗ ਹਾਂ ਪੁੱਤਰ ਓਏ ਬੋਰਡ ਵਾਲੇ ਠੀਕ ਹੈ ਨਾ ਉਹ ਬੋਰਡ ਵਾਲੇ ਨੰਬਰ ਠੀਕ ਆ ਹੈਲੋ ਕੈਮਰੇ ਚੁੱਕੀ ਫਿਰਦੇ ਕਮਲ ਪਿਆ ਤੁਹਾਨੂੰ ਮੈਂ ਕਹਿਣ ਡਿਆ ਬੋਰਡ ਠੀਕ ਆ 24 13 ਹਾਂ ਠੀਕ ਹੈ ਨਿਸ਼ਾਨ ਦਾ ਜੰਗਲਾ ਆ ਲੈ ਕੇ ਆਈ ਬੰਨੇ ਆ ਯਾਰ ਬਈ ਜੰਗਲੇ ਨਾ ਟੱਪੋ ਐਸ ਪੀ ਸਾਹਿਬ ਦਾ ਵਿਸ਼ੇਸ਼ ਹੁਕਮ ਆਇਆ ਸਾਰੀ ਸੰਗਤ ਨੂੰ ਵੀ ਬਾਬੇ ਬੁੱਢੇ ਦਾ ਮੇਲਾ ਆਰਾਮ ਨਾਲ ਬੈਠ ਕੇ ਵੇਖੋ ਕਬੱਡੀ ਬੜੀ ਸੋਹਣੀ ਹੁੰ ਰਹੀ ਆ ਮੈਂ ਤਾਂ ਬਾਹਰ ਬੈਠਾ ਕਮੈਂਟਰੀ ਕਰੀ ਜਾਂਦਾ ਅੰਦਰ ਤਾਂ ਨਹੀਂ ਜਾਂਦਾ ਬਈ ਖਲੜ ਪੈਂਦਾ ਮੈਦਾਨ ਦੇ ਵਿੱਚ ਸੋ ਇਸ ਕਰਕੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਵੇਖੋ ਬਾਬਾ ਜੀ ਆ ਮੋਹ ਬਾਰੇ ਟਾਇਆ ਸੇਵਾ ਵਾਲੇ ਬਾਬਾ ਸ਼ਬੇਕ ਸਿੰਘ ਜੀ ਬੀੜ ਸਾਹਿਬ ਸੇਵਾ ਕਰਵਾਉਣ ਵਾਲੇ ਵੱਡਾ ਮਾਣ ਭੇਜਦੇ ਨੇ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਲਓ ਜੀ ਕਬੱਡੀ 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 ਮਾਂ ਖੇਡ ਕਬੱਡੀ ਦਾ ਮਾਂ ਦਾ ਲਾਡਲਾ ਚੱਲਿਆ ਜੇ ਬਈ ਇਹਨੂੰ ਕਹਿੰਦੇ ਮੰਨਾ ਲਾਲਪੁਰਾ ਲਾਲਪੁਰਾ ਬੱਲੇ ਉਹ ਤੇਰੇ ਗੋਪੀ ਕਿੱਥੇ ਆ ਹਾਂ ਬੱਲੇ ਉਹ ਤੇਰੇ ਗੋਪੀ ਹੋ ਸਿੱਧਾ ਜਵਾਨਾ
ਸਨਮਾਨ ਹੈ ਡੇਰਾ ਪਟਾਣਾ ਦੇ ਬੀਤੇ ਦੇ ਮਾਤਾ ਪਿਤਾ ਦਾ ਸੋਨੇ ਦੇ ਕੰਠੇ ਨਾਲ ਭਾਈ ਮਨਜੀਤ ਸਿੰਘ ਜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਵਿਸ਼ੇਸ਼ ਸਨਮਾਨ ਸੋਨੇ ਦੀ ਰਿੰਗ ਹੈ ਉਹਨਾਂ ਦੀ ਮਾਤਾ ਦਾ ਸਨਮਾਨ ਹੈ ਇੱਕ ਸਨਮਾਨ ਮੰਨੇ ਚਾਕਾਂ ਵਾਲ ਦਾ ਆ ਬੱਲੇ ਓ ਸ਼ੇਰਾ ਲਾ ਜੱਫਾ ਆ ਬੱਲੇ ਪੁੱਠੀਆਂ ਸਿੱਧੀਆਂ ਪੈ ਜਾਂਦੀਆਂ ਜਦੋਂ ਜਵਾਨੀ ਮਗਦੀ ਹੈ ਪਤਾ ਲੱਗ ਜਾਂਦਾ ਦੁਨੀਆਂ ਨੂੰ ਫਿਰ ਕਹਾਣੀਆਂ ਦੱਸਣ ਦੀ ਲੋੜ ਨਹੀਂ ਪੈਂਦੀ ਜਵਾਨੋ ਕਹਾਣੀਆਂ ਬਣ ਜਾਂਦੀਆਂ ਨੇ ਕਹਾਣੀਆਂ ਬਣ ਜਾਂਦੀਆਂ ਪਾ ਕਬੱਡੀ ਪਾ ਕਬੱਡੀ ਉੱਧਰ ਬੈਠਾ ਕਿਤੇ ਵੇਖ ਲੈ ਨਿਗਾਹ ਮਾਰ ਕੇ ਹਾਂ ਲੈ ਬਈ ਲੈ ਓਏ ਗਗਨ ਪਾ ਕਬੱਡੀ ਲੈ ਤਕੜਾ ਹੋ ਜਵਾਨਾ ਗਗਨ ਸਭਰਾ ਗੋਪੀ ਦੁਨੀਆਂ ਦਾ ਮਹਾਨ ਜਾਫੀ ਆ ਇਸ ਵੇਲੇ ਮੱਲੀ ਪਰਿਵਾਰ ਉੱਧਰ ਨਾਲ ਬਿੱਲੀ ਨਾਲ ਗੋਪੀ ਤੇਜਾ ਸਿੰਘ ਵਾਲਾ ਇਹ ਆ ਹੋਈ ਗੱਲ ਪ੍ਰੀਤ ਪਰ ਨਹੀਂ ਰੈਫਰੀ ਨੇ ਫੜ ਲਿਆ ਡਬਲ ਟੱਚ ਨੰਬਰ ਸੋਨਿਆਲ ਸ੍ਰੀ ਅਕਾਲ ਗੋਪੀ ਫਰੰਦੀਪੁਰੀਆ ਜੱਫਾ ਲਾਵੇ ਸੋਨੂੰ ਚੀਮਾ ਸਰਪੰਚ ਕਹਿੰਦਾ 2000 ਰੁਪਈਆ ਗੋਪੀ ਦੇ ਜੱਫੇ ਦਾ ਕਿਉਂ ਬਈ ਸੋਨੂੰ ਸੋਨੂੰ ਚੀਮਾ ਵਿਸ਼ੇਸ਼ ਤੌਰ 'ਤੇ ਲੈ ਕੇ ਆਇਆ ਮੇਰੇ ਕੋਲ ਸੁਨੇਹਾ ਵੀ ਗੋਪੀ ਨੂੰ ਥੋੜ੍ਹਾ ਜਿਹਾ ਹਲੂਣਾ ਦੇ ਦਿਓ ਕੋਚੜ ਸਾਹਿਬ ਹਲੂਣਾ ਦੇ ਦਿਓ ਕਬੱਡੀ ਸੰਘਾ ਪਾਤੀ ਕਬੱਡੀ ਲੈ ਗੋਪੀ ਹੋ ਸਿੱਧਾ ਲੈ ਬਾਪੂ ਗਾਂਧੀ ਵਾਲਾ ਨੋਟ 2000 ਇਹ ਹੈ ਤੇਰਾ ਸੋਨੂੰ ਚੀਮਾ ਪਾਓ ਪਾਓ ਲਾਓ ਜੱਫਾ ਲੈ ਬਿੱਲੀ ਕਹਿੰਦਾ ਮੈਂ ਲਾਉਣਾ ਬਿੱਲੀ ਇਹਨੂੰ ਕਹਿੰਦੇ ਆ ਜਵਾਨੋ ਆਹ ਲੱਲੀਆਂ ਪਿੰਡ ਆ ਸੰਦੀਪ ਲੱਲੀਆਂ ਸਾਢੇ 5 ਫੁੱਟੀ ਛਾਲ ਆਇਆ ਇਹ ਵੀ ਬੜਾ ਲਿਵਾ ਮਾਰਦਾ ਜਵਾਨੋ ਨਾਗ ਵੱਲ ਪਾਉਂਦਾ ਨਾਗ ਵੱਲ 500 ਰੁਪਈਆ ਬਿੱਲੀ ਸੋਨੂੰ ਚੀਮਾ ਇਹ 500 ਰੁਪਈਆ ਤੇਰੇ ਵਾਸਤੇ ਮਾਣ ਭੇਜਦਾ ਅਨੂ ਬੁੱਢਾ ਥੇ ਆ 500 ਰੁਪਈਆ ਅਨੂ ਬੁੱਢਾ ਥੇ ਤੇ ਲੱਗਾ ਬੈਲਾਨੋ ਕਾਕਾ ਇੱਕ ਮਿੰਟ ਤੂੰ ਹਾਂ ਕਾਕਾ ਤੂੰ ਭੁਲੇਖਾ ਪਾਉਂਦਾ ਮੈਨੂੰ ਆਹੋ ਤੂੰ ਨਾ ਕਿਤੇ ਕਾਂ ਖਿੱਚ ਕੇ ਲੈ ਜੀ ਹਾਂ ਮੁੜ ਕੇ ਪੁੱਤਰ ਮੇਰਾ ਬੜਾ ਕੰਮ ਖਰਾਬ ਹੈ ਹਾਂ ਬੱਲੇ ਬੱਲੇ ਬਾਬਾ ਜੀ ਨਸ਼ਹਿਰਾ ਢਾਲੇ ਵਾਲੇ ਅਣੂ ਕਹਿੰਦੇ ਬੁੱਢੇ ਥੇ ਵਾਲਾ ਕਰਾ ਤਾੜੀ ਮਾਰੋ ਜੋੜ ਦੇਣੀ ਸਿਰੇ ਦਾ ਜੱਫਾ ਲੱਗਾ ਤੇ 65 ਕਹਿੰਦੇ ਜਾਫੀ ਦੇ ਸੇ ਜੁੜਦਾ ਹੈ 65 ਜਾਫੀ ਦਾ ਜਾਫੀ ਸਰ ਟੈਲੀਕਾਮ ਵਾਲੇ ਮਾਨ ਹੈਲੋ ਸੁਰ ਸਿੰਘ ਵਾਲਾ ਬੱਬੇ ਆ 500 ਰੁਪਈਆ ਤੇਰਾ ਆ ਜੱਫਾ ਦਿੱਤਾ ਸੋਨੂੰ ਚੀਮੇ ਨੇ ਲਾਇਆ ਸੀ ਇੱਥੇ ਬੁੱਢੇ ਥੇ ਤੇ 500 ਰੁਪਈਆ ਆ ਮੋਨੂ ਜੀ ਨੇ ਭੇਜਿਆ ਫਰੰਦੀਪੁਰੀਏ ਗੋਪੀ ਵਾਸਤੇ ਸਾਡੇ ਦਵਿੰਦਰ ਸਿੰਘ ਜੀ ਲਾਲੀ ਨਸ਼ਹਿਰਾ ਢਾਲਾ ਆਹਾ ਚਲੋ ਅਮਨ ਕਹਿੰਦੇ ਕਬੱਡੀ ਪਾ ਰਿਹਾ ਕਮਨ ਮੂਸਾ ਕਹਿੰਦੇ ਲੈਬ ਤੱਕਦਾ ਸਾਹਿਬ ਮਾਲੂ ਵਾਲੀਆ ਲੈਬ ਤੱਕਦਾ ਤੇ ਅਮਨ ਦੀ ਕਬੱਡੀ ਦੇ ਫਰੰਦੀਪੁਰੀਆ ਹੋ ਗਿਆ ਪੂਰੇ ਸੋਨੂੰ ਚੀਮਾ ਕਹਿੰਦਾ ਚੱਫਾ 2000 ਲਾ ਜੱਫਾ ਗੋਪੀ ਮੱਲੀ ਪਰਿਵਾਰ ਦਿਆ ਪਰ ਨਹੀਂ ਆ ਜਾਂਦਾ ਹੀ ਬਾਂਹ ਖੜੀ ਕਰਦਾ ਉਂਗਲ ਖੜੀ ਬੁਲਾਉਂਦਾ ਬੱਕਰੇ ਆਂਦੇ ਕੱਲੇ ਨੂੰ ਚਾਲੋ ਗੱਭਰੂ ਦਾ ਪਾ ਕਬੱਡੀ ਲਓ ਸਭ ਸੁਰ ਸਿੰਘ ਸੁਰ ਸਿੰਘ ਖੇਡ ਮੈਦਾਨ ਦੇ ਵਿੱਚ ਗੱਭਰੂ ਦੀ ਪਾਈ ਹੋਈ ਕਬੱਡੀ ਹੈ ਬਾਂਦਰ ਗੋਰਾ ਸਿੰਘ ਜੀ ਬੈਠੇ ਹੋਏ ਆ ਨਾਲ ਰਿਕਾਰਡ ਕੀਪਰ ਦਲਬਾਗ ਮੇਰਾ ਵੀਰ ਤੇ ਗੱਭਰੂ ਕਹਿੰਦੇ ਬਾਜ ਵਰਗੀ ਨਿਗਾਹ ਹੁੰਦੀ ਆ ਜਿਹੜੇ ਧਾਵੀਆਂ ਦੀ ਹੱਥ ਜਾਫੀ ਨੂੰ ਲਾ ਹੀ ਜਾਂਦੇ ਨੇ ਲੰਗੇ ਆਣੀਆਂ ਯੋਧਿਆਂ ਦੇ ਨੇ ਚਾਰ ਜਵਾਨੀ ਦੇ ਜਿਹੜੇ ਗੱਭਰੂ ਸਾਂਭ ਗਏ ਉਹ ਛਾ ਹੀ ਜਾਂਦੇ ਨੇ ਕਿ ਲੰਗੇ ਆਣੀਆਂ ਯੋਧਿਆਂ ਦੇ ਨੇ ਚਾਰ ਜਵਾਨੀ ਦੇ ਜਿਹੜੇ ਗੱਭਰੂ ਸਾਂਭ ਗਏ ਉਹ ਛਾ ਹੀ ਜਾਂਦੇ ਨੇ ਉਹ ਛਾ ਹੀ ਜਾਂਦੇ ਨੇ ਕੁਕੂ ਚੱਪਾ ਤੇਰਾ ਸੀ ਪੁੱਤਰਾ ਸੋਨੂੰ ਚੀਮਾ ਦੇ ਗਿਆ 500 ਰੁਪਈਆ ਆ ਭੇਜ ਦੇ ਕੋ ਬੰਦਾ ਆ ਲਾ ਜਿਵੇਂ ਫੜਾ ਦੇ ਵੀ ਫੜਾ ਦੇ ਇੱਕ 500 ਵੀ ਲੈ ਗਿਆ ਮੁੰਡਾ ਚਲ ਉਹ ਅੜ ਜਾਓ ਆ ਗਗਨ ਪਾ ਕਬੱਡੀ ਬੱਲੇ ਉਹ ਸਰਪੰਚ ਦਰਸ਼ਨ ਸਿੰਘ ਜੀ ਧਾਰੀਵਾਲ ਮਾਣ ਹੈ ਸਾਨੂੰ ਵੱਡਾ ਮਾਣ ਲਾਲੀ ਦੁਸ਼ਹਿਰਾ ਢਾਲਾ ਕਾਕਾ ਛਾਪਾ ਆ ਸੋਨੂੰ ਚੀਮਾ ਇਹ ਗੋਪੀ ਜੱਫਾ ਲਾਉਂਦਾ ਤੇ 2000 ਰੁਪਈਆ ਸੋਨੂੰ ਚੀਮਾ ਤੇ ਮੋਨੂੰ ਚੀਮਾ ਜੀ ਕਹਿੰਦੇ ਮਲਕੀ ਚੀਮੇ ਵਾਲਾ ਕਹਿੰਦਾ ਗੋਪੀ ਜੱਫਾ ਲਾਊ 2000 ਹੋ ਗਿਆ ਇੱਕ ਚੱਪਾ ਹੋ ਗਿਆ 2000 ਦਾ ਇੱਕ ਬੇਨਤੀ ਹੈ ਮੁਲਾਜ਼ਮ ਵੀਰਾਂ ਨੂੰ ਗੁਰਸੇਵਕ ਹੈ ਉਹਨਾਂ ਨੇ ਸਨਮਾਨ ਕਰਨਾ ਚੱਕ ਵਾਲੀਏ ਮੰਨੇ ਦਾ ਨੰਗ ਲੈਂਦੋ ਜੀ ਭਾਓ ਕਬੱਡੀਆਂ ਪੁੱਤਰੋ ਖੁੱਲ ਕੇ ਅੱਜ ਬਾਬਾ ਬੁੱਢਾ ਜੀ ਦਾ ਦਿਨ ਹੈ ਪੁੱਤਰਾਂ ਦਾ ਦਾਨੀ ਹਾਂ ਹਾਂ ਅਨੂ ਬੁੱਢਾ ਥੇ ਆਹ ਜਿੱਥੇ ਲੱਗਾ ਸੀ 500 ਸੋਨੂੰ ਚੀਮਾ ਦਾ ਫਿਰ ਲੱਗਾ ਆਹ ਵੇਖੋ ਕੁਛ ਕੱਢੀ ਆ ਇਹ ਆ ਲੱਤੂ ਵਾਲਾ ਪ੍ਰੀਤ ਕੇ ਤਾ ਮਾਰੇ ਭਲਵਾਨੀ ਲਓ ਗੁਜਰਾਂ ਦਾ ਪੁੱਤ ਸਵੇ ਖੇਡ ਮੈਦਾਨ ਚ ਡੱਕਣ ਦੀ ਗੱਲ ਕਰਦਾ ਹੈ ਕਲਸੀਆਂ ਵਾਲੇ ਛਿੰਦਰ ਦੇ ਸੱਦੇ ਦੇ ਪੁੱਜਿਆ ਤੇ ਪੁਆਇੰਟ ਕਹਿੰਦੇ ਜਾਫੀ ਦੇ ਸੇ ਜੁੜਦਾ ਹੈ ਝਬਾਲ ਵਾਲਾ ਢੋਲੀ
ਕਬੱਡੀ ਜਗਤ ਨੂੰ ਮਾਣ ਹੈ ਆ ਮੁੰਡੇ ਤੇ ਵੀ ਤਾਂ ਕਹਿੰਦੇ ਸੰਗਿਆਂ ਵਾਲਾ ਜੈਮਲ ਖੇਡ ਮੈਦਾਨ ਚ ਕਬੱਡੀ ਪਾ ਰਿਹਾ ਸੰਗਿਆਂ ਵਾਲੇ ਜੈਮਲ ਦੀ ਪਈ ਕਬੱਡੀ ਗੋਪੀ ਤਿਆਰੀ ਫੜ ਲਾ ਉਹ ਫਰੰਦੀਪੁਰੀਆ 2000 ਹੀ ਪਰ ਤੇਜਾ ਸਿੰਘ ਵਾਲੇ ਦਾ ਗੋਪੀ ਆ ਤੇਜਾ ਸਿੰਘ ਵਾਲੇ ਦਾ ਗੋਪੀ ਉਹ ਦਰਸ਼ਕ ਵੀਰੋ ਜਿਹਦਾ ਵਾਕਿਆ ਹੀ ਸਵਾਦ ਆਉਂਦਾ ਤਾੜੀ ਬਾਰੇ ਕੀ ਖਿਆਲ ਆ ਵੱਜੀਆਂ ਤਾੜੀਆਂ ਤੋਂ ਪਤਾ ਲੱਗਦਾ ਇਹਨਾਂ ਲੋਕਾਂ ਦੇ ਮਨ ਲੱਗਿਆਂ ਦਾ ਇੱਥੇ ਦੁਨੀਆ ਪੂਜਦੀ ਯੋਧਿਆਂ ਨੂੰ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਮਨਜਿੰਦਰ ਮਡੋਰ ਸਰਦਾਰ ਗੁਰਭਜਨ ਸਿੰਘ ਜੀ ਕਰਮੂਵਾਲਾ ਸਾਹਿਬ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਭਾਈ ਮਨਜੀਤ ਸਿੰਘ ਜੀ ਅਤੇ ਹੋਰ ਕਮੇਟੀ ਮੈਂਬਰ ਸੁਸ਼ੋਭਿਤ ਹਨ ਸਟੇਜ ਦੇ ਉੱਪਰ ਬੜਾ ਵੱਡਾ ਮਾਣ ਹੈ ਕਿ ਸਾਡੇ ਸ਼੍ਰੋਮਣੀ ਕਮੇਟੀ ਨੇ ਕਬੱਡੀ ਦੀ ਟੀਮ ਤਿਆਰ ਕੀਤੀ ਹੈ ਬਹੁਤ ਵਧੀਆ ਮਾਣ ਹੈ ਸਾਨੂੰ ਸਿੱਖਾਂ ਦੀ ਟੀਮ ਬੜਾ ਚੰਗਾ ਹੋਵੇ ਜੇ ਪਹਿਲਵਾਨੀ ਟੀਮ ਵੀ ਤਿਆਰ ਕੀਤੀ ਜਾਵੇ ਕਰਮੂਵਾਲਾ ਸਾਹਿਬ ਕਿਉਂਕਿ ਦੂਸਰੀ ਪਾਤਸ਼ਾਹੀ ਨੇ ਮੱਲ ਅਖਾੜਾ ਖਡੂਰ ਸਾਹਿਬ ਦੀ ਧਰਤੀ 'ਤੇ ਹੋਂਦ ਵਿੱਚ ਲੈ ਕੇ ਆਉਂਦਾ ਆਪੇ ਛਿੰਜ ਪੁਆਈ ਮੱਥਾ ਅਖਾੜਾ ਰਚਿਆ ਮੰਨਾ ਆਹ ਮੰਨਾ ਆ ਗਿਆ ਬਈ ਬਿੱਲੀ ਲਾ ਜੱਫਾ ਗੋਪੀ ਤੇਜਾ ਸਿੰਘ ਵਾਲਿਆ ਪਰ ਜੱਫਾ 2000 ਆ ਫਰੰਦੀਪੁਰੀਆ ਮੋਨੂ ਜੀ ਅਤੇ ਸੋਨੂ ਜੀ 2000 ਆ ਜੇ ਜੱਫਾ ਲਾਵੇਗਾ ਗੁਰਾ ਸਿੰਘ ਜੀ ਸਰਪੰਚ ਹੈ ਦਵਿੰਦਰ ਸਿੰਘ ਜੀ ਲਾਲੀ ਨਿਸ਼ਾਰਾ ਢਾਲਾ ਜੇ 500 ਮੰਨੇ ਦਾ ਜਿਵੇਂ ਵਾਲਿਆ 500 ਮੰਨੇ ਦਾ ਉੱਧਰ ਮੇਰਾ ਵੀਰ ਖੇਡ ਮੈਦਾਨ ਦੇ ਵਿੱਚ ਸਿਰੇ ਦਾ ਮੈਚ ਸਾਹਮਣੇ ਤੱਕਦੇ ਹੈ ਕਹਿੰਦੇ ਸਾਹਿਬ ਨੇ ਕਬੱਡੀ ਪਾਈ ਹੈ ਮੈਨੇਜਰ ਸਾਹਿਬ ਉੱਧਰ ਸਾਹਮਣੇ ਬੈਠੇ ਨੇ ਆਪਣੀ ਟੀਮ ਲੈ ਕੇ ਨਾਲ ਮਾਣ ਹੈ ਸਾਨੂੰ ਕਾਕਾ ਛਾਪਾ ਜੀ ਜਿਹੜਾ ਹੱਥ ਖੜਾ ਕਰ ਦਿਓ ਜਾਂ ਆਵਾਜ਼ ਦੇ ਕਾਕਾ ਛਾਪਾ ਨਾਲ ਸਾਡੇ ਬਾਬਾ ਨਿਰਮਲ ਸਿੰਘ ਜੀ ਨਿਸ਼ਾਰਾ ਢਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਲਸੀਆਂ ਮਿਲਿਆ ਮੈਨੂੰ ਲੱਗਦਾ ਸਾਬੇ ਨੂੰ ਜੱਬ ਫੇਰ ਪੈ ਗਿਆ ਸਾਬੇ ਨੂੰ ਜੱਬ ਫੇਰ ਪੈ ਗਿਆ ਜੱਬ ਫੇਰ ਪੈ ਗਿਆ ਜਦੋਂ ਜਵਾਨੀ ਮੰਗਦੀ ਨੱਚਦੀ ਹੈ ਉਦੋਂ ਖੱਪ ਪੈਣੀ ਪੈਣੀ ਰੌਲਾ ਪੈਣਾ ਹੀ ਪੈਣਾ ਦਵਿੰਦਰ ਸਿੰਘ ਜੀ ਲਾਲੀ ਢਾਲਾ ਕਾਕਾ ਛਾਪਾ ਆਣਾ ਸਾਨੂੰ ਬਹੁਤ ਪਿਆਰ ਸਤਿਕਾਰ ਦੇ ਨਾਲ ਕਰਦੇ ਹਾਂ ਮੈਨੇਜਰ ਗੁਰਾ ਸਿੰਘ ਜੀ ਦੇ ਨਾਲ ਬੈਠੇ ਸਤਨਾਮ ਸਿੰਘ ਜੀ ਝਬਾਲ ਐਡੀਸ਼ਨਲ ਮੈਨੇਜਰ ਸਾਹਿਬ ਦਾ ਸਵਾਗਤ ਹੈ ਤਲਵਿੰਦਰ ਸਿੰਘ ਜੀ ਮਾਣ ਹੈ ਸਾਨੂੰ ਰੁਸ਼ਿਆਣਾ ਸਾਹਿਬ ਦਿਲਬਾਗ ਸਿੰਘ ਝਬਾਲ ਤਾੜੀ ਮਾਰ ਦੋ ਜੁਰਦ ਨੇ ਚੀਮੇ ਵਾਲਿਆ ਦਈਏ 2000 ਦਈਏ 2000 ਦਈਏ 2000 ਕੋਈ ਕਦੀ ਖੇਡਾ ਖੇਡ ਮੈਦਾਨ ਦੇ ਵਿੱਚ ਗੱਲਾਂ ਹੁੰਦੀਆਂ ਸੀ ਚੀਮੇ ਦੀਆਂ ਸਰਪੰਚੀ ਵੀ ਕੀਤੀ ਹੈ ਸੋਨੂੰ ਨੇ ਬੱਲੇ ਉਹ ਤੇਰੇ ਜਵਾਨਾਂ ਬਹੁਤ ਵੱਡਾ ਮਾਣ ਹੈ ਸਾਨੂੰ ਪੱਤਰਕਾਰ ਗੱਗੂ ਬੂਆ ਸਰਬਜੀਤ ਸਿੰਘ ਸਾਰਿਆਂ ਦਾ ਸਵਾਗਤ ਹੈ ਦਿਲਬਾਗ ਜੀ ਸਾਰਿਆਂ ਦਾ ਸਵਾਗਤ ਹੈ ਮਾਣ ਹੈ ਸਾਨੂੰ ਆਓ ਅੱਗੋਂ ਹਟ ਜਾਓ ਜਵਾਨੋ ਇੱਧਰ ਕੰਧ ਕੀਤੀ ਆ ਤੁਸਾਂ ਹਾਂ ਮੰਨਾ ਮੈਂ ਬੱਲੇ 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 ਵੇਖ ਕਬੱਡੀ ਪਰ ਨਹੀਂ ਨੰਬਰ ਨਵੇਂ ਸਗੋਰਾ ਹੋਏ ਲਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਨੂੰ ਕਿਸ ਖਿਡਾਰੀ ਨੇ ਪਾਉਣੀ ਹੈ ਆਪਾਂ ਤੱਕਾਂਗੇ ਪੁੱਤਰਾਂ ਦੇ ਦਾਨੀ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਉੱਤੇ ਲੱਗੀਆਂ ਹੋਈਆਂ ਵੱਡੀਆਂ ਰੌਣਕਾਂ ਉੱਧਰਲੇ ਪਾਸੇ ਮੇਨ ਸਟੇਜ ਦੇ ਉੱਤੇ ਐਨ ਕਹਿੰਦੇ ਪਿਆਰ ਅਤੇ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ ਹੋਈਆਂ ਆਹ ਸਾਹਮਣੇ ਜੋਤੇ ਦਾ ਪੋਤਰਾ ਗਗਨ ਸਭਰਾਵਾਂ ਵਾਲਾ ਰੇਡ ਪਾਉਣ ਦੇ ਲਈ ਵੱਧ ਹੈ ਐਨ ਕਹਿੰਦੇ ਹਲਕਾ ਟੱਚ ਕਰ ਭੱਜ ਹੈ ਪਹਿਲਾਂ ਦਾਦੇ ਨੇ ਤਕੜੀ ਕਬੱਡੀ ਖੇਡੀ ਹੈ ਅਤੇ ਸਭਰਾਵਾਂ ਦਾ ਗਗਨ ਕਹਿੰਦੇ ਦੁਨੀਆ ਦਾ ਮਹਾਨ ਖਿਡਾਰੀ ਹੈ ਆਓ ਅਨੂ ਕਹਿੰਦੇ ਬੁੱਢੇ ਥੇ ਪਿੰਡ ਵਾਲਾ ਰੇਡ ਪਾਉਣ ਦੇ ਲਈ ਵੱਧ ਹੈ ਕਿ ਜੋਧੇ ਰਣ ਵਿੱਚ ਜੂਝਦੇ ਬਹੁਤੇ ਤਲਵਾਰਾਂ ਉਸ ਡਾਢੇ ਦੇ ਹੱਥ ਹੁੰਦੀਆਂ ਜਿੱਤਾਂ ਅਤੇ ਹਾਰਾਂ ਆਓ ਮੁੰਡਾ ਕਹਿੰਦੇ ਰਾਜਾ ਪੱਧਰੀ ਪਿੰਡ ਵਾਲਾ ਥਾਣੇਦਾਰ ਦਾ ਪੁੱਤਰ ਜਫਾ ਨਹੀਂ ਲਾ ਸਕਿਆ ਤੇ ਜੁੜ ਗਿਆ ਮੰਨਿਆ ਪਾ ਕਬੱਡੀ ਪੁੱਤਰਾ ਔਰ ਤੈਨੂੰ ਗੋਪੀ ਉਡੀਕਦਾ ਈ ਤੈਨੂੰ ਬਿੱਲੀ ਉਡੀਕਦਾ ਈ ਇਹ ਮੇਰਾ ਮੁੰਡਾ ਜੱਫੇ ਲਾਵੇ ਬਿੱਲੀ ਬਿੱਲੀ ਮੈਂ ਕਰੀ ਜਾਵਾਂ ਮੈਨੂੰ ਆਖਿਆ ਮੁੰਡਿਆਂ ਨੂੰ ਆਹ ਨਾ ਬਿੱਲੀ ਨਾ ਰੱਖੋ ਇਹ ਬੱਬਰ ਸ਼ੇਰ ਆ ਆਹ ਵੇਖੋ ਸਾਹਮਣੇ ਡਬਲ ਜੱਫਾ ਪ੍ਰੀਤ ਲੱਗਾ ਪਰ ਨਹੀਂ ਰੈਫਰੀ ਦਾ ਫੈਸਲਾ ਜੱਫਾ ਲੱਗ ਗਿਆ ਪ੍ਰੀਤ ਦਾ ਜੱਫਾ ਹੱਥ ਖੜਾ ਕਰੀ ਪ੍ਰੀਤ ਪ੍ਰੀਤ ਦਾ ਜੱਫਾ ਕੋਈ ਗੱਲ ਨਹੀਂ ਮੰਨਿਆ ਤੂੰ ਬੜਾ ਵੱਡਾ ਬੱਬਰ ਸ਼ੇਰ ਆ ਕਬੱਡੀ ਦਾ ਹਾਂ ਖੇਡ ਭਾਵਨਾ ਦੇ ਨਾਲ ਖੇਡੀਏ ਆਪਾਂ ਪੁੱਤਰਾ ਇਹ ਬਾਬੇ ਬੁੱਢੇ ਦੀ ਧਰਤੀ ਹੈ ਇੱਥੇ ਜਿੱਤ ਹਾਰ ਦੀ ਕੋਈ ਗੱਲ ਨਹੀਂ ਜਿੱਤ ਹਾਰ ਸਭ ਤੇਰੀ ਰੱਬਾ ਜਿੱਤ ਹਾਰ ਸਭ ਤੇਰੀ ਹੈ ਬੰਦੇ ਨੂੰ ਸ਼ਹਿ ਮਾਲਕ ਦੀ ਨਹੀਂ ਖਾਕ ਦੀ ਢੇਰੀ ਹੈ ਇਹ ਜੰਗਲਾ ਜਿਹੜਾ ਨਿਸ਼ਾਨ ਦਾ ਲੱਗਾ ਗੱਗੂ ਬੂਏ ਦਾ ਇਹ ਮੈਂ ਬੇਨਤੀ ਕਰਾਂਗਾ ਹੱਥ ਬੰਨ ਕੇ ਸਾਰੇ ਵੀਰਾਂ ਨੂੰ ਭਾਰ ਨਾ ਪਾਵੇ ਇੱਥੇ ਇਹ ਟੁੱਟ ਗਿਆ ਅਤੇ ਨਿਸ਼ਾਨ ਦਾ ਬੜਾ ਵੱਡਾ ਨੁਕਸਾਨ ਹੋ ਜਾਣਾ ਕਿਉਂ ਨਿਸ਼ਾਨ ਹਾਂ ਰੱਬ ਦਾ ਵਾਸਤਾ ਜੀ ਪਾਓ ਕਬੱਡੀ ਖੁੱਲ੍ਹ ਕੇ ਖੇਡੋ ਥੋੜ੍ਹਾ ਸਮਾਂ ਰਹਿ ਗਿਆ ਤੁਹਾਨੂੰ
ਖੁੱਲ੍ਹ ਕੇ ਖੇਡੋ, ਆਹ ਦੁਨੀਆ ਨੂੰ ਮਜ਼ਾ ਆ ਜਾਵੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਾਹਿਬ ਸਾਹਿਬ ਗੁਰਭਜਨ ਸਿੰਘ ਜੀ ਕਰਮੂਵਾਲਾ ਸਾਹਿਬ ਦੀ ਰਹਿਨਮਾਈ ਦੇ ਵਿੱਚ, ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਸਰਦਾਰ ਗੁਰਾ ਸਿੰਘ ਜੀ ਮੈਨੇਜਰ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸਰਦਾਰ ਮਨਜੀਤ ਸਿੰਘ ਜੀ, ਕਾਕਾ ਛਾਪਾ ਮਾਣ ਹੈ ਸਾਨੂੰ। ਉਧਰਲੇ ਪਾਸੇ ਸਾਡੇ ਲਾਲੀ ਢਾਲਾ ਜੀ, ਇਸ ਇਲਾਕੇ ਦੀ ਬੜੀ ਪਿਆਰ ਅਤੇ ਸਤਿਕਾਰਯੋਗ ਸ਼ਖਸੀਅਤ ਹੈ। ਆਓ ਸਾਬਾ ਕਹਿੰਦੇ ਸੁਰ ਸਿੰਘ ਪਿੰਡ ਵਾਲਾ ਰੇਡ ਪਾਉਣ ਦੇ ਲਈ ਵਾਧਾ ਹੈ। ਇਹ ਹੈ ਨੌਜਵਾਨ ਸਿੱਖੀ ਸਰੋਤ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਸਿੱਖੀ ਹੈ, ਸਿਰ 'ਤੇ ਜੂੜਾ ਹੈ, ਜੂੜੇ 'ਤੇ ਬੰਨਿਆ ਰੁਮਾਲ ਹੈ, ਨਿਸ਼ਾਨ ਗੱਗੋ ਬੋਏ ਦਾ ਲੱਗਿਆ, ਬੈਰੀਗੇਟ ਹੈ। ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ। ਅੱਜ ਸੱਜਰੀ ਵਿਆਹੀ ਦੁਲਹਨ ਦੀ ਤਰ੍ਹਾਂ ਗਰਾਊਂਡ ਸ਼ਿੰਗਾਰੀ ਹੈ, ਟੀਮ ਬੈਠੀ ਹੈ, ਕਬੱਡੀ ਦਾ ਆਨੰਦ ਲੈ ਰਹੀ ਹੈ। ਹਾਂਜੀ, ਸੋਨੂੰ ਚੀਮਾ ਤੇ ਮੋਨੂੰ ਚੀਮਾ ਕਹਿੰਦੇ ਆ, ਸੋਨੂੰ ਚੀਮਾ ਤੇ ਮੋਨੂੰ ਚੀਮਾ ਕਹਿੰਦੇ ਆ, ਲਾਲਪੁਰੀਏ ਮੰਨੇ ਦਾ ਜਹਾ, ਲਾਲਪੁਰੀਏ ਮੰਨੇ ਦੀਆਂ ਕਬੱਡੀਆਂ ਕਹਿੰਦੇ 1000 ਦੀਆਂ। ਮੇਰੇ ਵੀਰੋ ਮਲਕੀਤ ਚੀਮਿਆਂ ਵਾਲਾ ਮਾਇਆ ਲਾ ਰਿਹਾ, ਕਹਿੰਦਾ ਲਾਲਪੁਰੀਏ ਮੰਨੇ ਨੂੰ 1000 ਦਾ ਵੱਡਾ ਸਨਮਾਨ ਦੇਵਾਂਗੇ। ਬਾਬਾ ਨਿਰਮਲ ਸਿੰਘ ਜੀ ਸਾਡੇ ਨਸ਼ਹਿਰੇ ਢਾਲੇ ਵਾਲੇ ਅਚੇਚੇ ਤੌਰ 'ਤੇ ਆਏ ਹੈ, ਆਪਾਂ ਵੱਡਾ ਸਤਿਕਾਰ ਕਰਾਂਗੇ। ਅਤੇ ਨਾਲ ਸਾਡੇ ਸਿੱਖੀ ਦੇ ਧੁਰੇ ਭਾਈ ਮਨਜੀਤ ਸਿੰਘ ਜੀ, ਜਿਨ੍ਹਾਂ ਦੇ ਪਰਿਵਾਰ ਦੀ ਇੱਕ ਵੱਡੀ ਦੇਣ ਹੈ ਮੇਰੇ ਵੀਰਿਓ, ਸੰਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਕੌਮ ਦੇ ਮਹਾਨ ਯੋਧੇ, ਉਹਨਾਂ ਦੀ ਵੱਡੀ ਦੇਣ ਹੋਈ ਹੈ। ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੰਤਾਂ ਦੀ ਗੱਲ ਚੱਲਦੀ ਹੈ, ਭਾਈ ਅਮਰੀਕ ਸਿੰਘ ਜੀ ਉਹਨਾਂ ਦੀ ਗੱਲ ਚੱਲਦੀ, ਅਤੇ ਕਦੇ ਸੰਤ ਕਰਤਾਰ ਸਿੰਘ ਉਹਨਾਂ ਦੀ ਗੱਲ ਚੱਲਦੀ ਹੈ। ਜੀਤੀ ਜੱਟ ਬੈਠਾ ਹੋਇਆ ਹੈ, ਸੋਨੂੰ ਚੀਮਾ ਸਾਹਿਬ ਦਾ ਧੰਨਵਾਦ ਹੈ, ਮੋਨੂੰ ਚੀਮਾ ਸਾਹਿਬ ਦਾ ਧੰਨਵਾਦ ਹੈ, ਨਾਲ ਸਰਵਨ ਸੋਲ ਦਾ ਧੰਨਵਾਦ ਹੈ। ਸਾਰੀਆਂ ਪਿਆਰ ਅਤੇ ਸਤਿਕਾਰਯੋਗ ਸ਼ਖਸੀਅਤਾਂ ਸਾਡੇ ਸ਼੍ਰੀ ਸੰਤ ਬਾਬਾ ਨਿਰਮਲ ਸਿੰਘ ਜੀ ਨਸ਼ਹਿਰੇ ਢਾਲੇ ਦਾ ਵੱਡਾ ਸਤਿਕਾਰ ਹੈ। ਲੈ ਵੀ ਫਰਹੰਦੀਪੁਰੀ ਆ ਨੌਜਵਾਨ, ਆਹ ਸਾਹਮਣੇ ਟੱਕਰ ਵੱਡੀ ਹੋ ਗਈ ਹੈ, ਲੱਡੂ ਪਿੰਡ ਦਾ ਪ੍ਰੀਤ ਐਨ ਗੱਲਾਂ ਡੱਕਣ ਦੀਆਂ ਕਰਦਾ, ਪਰ ਪੁਆਇੰਟ ਕਹਿੰਦੇ ਧਾਵੀ ਦੇ ਖਾਤੇ ਜੁੜ ਚੁੱਕਿਆ। ਆਹ ਬੁੱਢੇ ਥੇ ਪਿੰਡ ਵਾਲਾ ਮੁੰਡਾ, ਇਹ ਵੀ ਕਹਿੰਦੇ ਕਈ ਕਬੱਡੀ ਕੱਪਾਂ ਦਾ ਬੈਸਟ ਹੈ। ਉਧਰਲੇ ਪਾਸੇ ਜੋਰ ਅੱਜ ਪਿੰਡੇ ਮੀਰਪੁਰੀਏ ਦਾ ਲੱਗ ਰਿਹਾ, ਮੰਨੋ ਪੰਜ ਵਾਰ ਉਹਨਾਂ ਦੀ ਟੀਮ ਹੈ। ਆਓ ਸਾਹਮਣੇ ਲੈ ਵੀ ਗੁਜਰਾ ਲਾ ਜਹਾ ਤੇ ਕਰਾ ਬੱਲੇ ਬੱਲੇ, ਲਾਡੀ ਕਹਿੰਦੇ ਸ਼ਹੀਦਾਂ ਵਾਲਾ ਤੇ ਨਾਲ ਜੋਬਣ ਦਾ ਨਾਮ ਵੱਡਾ, ਪਰ ਆਓ ਕਹਿੰਦੇ ਅਲੀ ਗੁਜਰ, ਆਓ ਅਲੀ ਗੁਜਰ ਖੇਡ ਮੈਦਾਨ ਦੇ ਵਿੱਚ ਧੰਨ ਧੰਨ ਕਰਵਾ ਰਿਹਾ। ਆਓ ਅਲੀ ਗੁਜਰ, ਤਾੜੀ ਜ਼ੋਰ ਦੇਣੀ ਮਾਰ ਦਿਓ ਮੇਰੇ ਵੀਰਿਓ, ਇੱਕ ਵਾਰੀ ਤਾੜੀ ਜ਼ੋਰ ਦੇਣੀ ਮਾਰ ਦਿਓ। ਮੈਨੇਜਰ ਸਰਦਾਰ ਗੁਰਾ ਸਿੰਘ ਜੀ, ਕਾਕਾ ਛਾਪਾ ਸਰਪੰਚ, ਲਾਲੀ ਨਸ਼ਹਿਰਾ ਢਾਲਾ, ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਗੁਰਭਜਨ ਸਿੰਘ ਜੀ ਕਰਮੂਵਾਲਾ ਸਾਹਿਬ ਦਾ ਹੁਕਮ ਆਇਆ ਵੀ ਸਟੇਜ ਵੱਲ ਨੂੰ ਆ ਕੁਛ, ਸਾਡੇ ਮੈਨੇਜਰ ਸਾਹਿਬ, ਇੱਕ ਮਿੰਟ ਜਰਾ, ਸਾਡੇ ਮੈਨੇਜਰ ਸਾਹਿਬ ਜਥੇਦਾਰ ਗੁਰਾ ਸਿੰਘ ਜੀ ਦਾ ਧੰਨਵਾਦ ਹੈ, ਨਾਲ ਸਾਡੇ ਦਵਿੰਦਰ ਸਿੰਘ ਜੀ ਲਾਲੀ ਢਾਲਾ ਸਾਹਿਬ ਦਾ ਧੰਨਵਾਦ ਹੈ, ਕਾਕਾ ਛਾਪਾ ਸਾਹਿਬ ਦਾ ਨਾਮ ਵੱਡਾ ਹੈ। ਆਓ ਸਾਹਮਣੇ ਅਮਨ ਕਹਿੰਦੇ ਮਸਤਗੜ੍ਹ ਦੀ ਧਰਤੀ ਦਾ ਇਹ ਮੁੰਡਾ, ਕਹਿੰਦੇ ਮਸਤਗੜ੍ਹੀ ਹੈ, ਆਹ ਫਰਹੰਦੀਪੁਰੀਆ ਲੱਗਿਆ, ਆਹ ਫਰਹੰਦੀਪੁਰੀਆ ਸਰਦੂਲ ਸਿੰਘ ਮੱਲੀ ਦਾ ਪੁੱਤਰ ਹੈ, ਕਿ ਰਾਹ ਦੇ ਵਿੱਚ ਬੈਠੀ ਹੋਣੀ ਜਾਣ ਕੇ ਦੁੱਲ ਆਵੇ ਟੋਕਰਾ ਚੁਕਾਈ ਆਣ ਕੇ, ਟੋਕਰੇ 'ਚ ਪਾਰ ਨਹੀਂ ਉਹ ਹੈਗਾ ਸੱਖਣਾ, ਚੱਕਿਆ ਨਹੀਂ ਜਾਂਦਾ ਵਿੱਚ ਕਾਹਦੇ ਮੱਖਣਾ, ਜੱਗ ਤੋਂ ਜਾਏਗਾ ਜਵਾਨੀ ਮਾਣ ਕੇ, ਦੁੱਲ ਆਵੇ ਟੋਕਰਾ ਚੁਕਾਈ ਆਣ ਕੇ, ਦੁੱਲ ਆਵੇ ਟੋਕਰਾ ਚੁਕਾਈ ਆਣ ਕੇ। ਭਜਾ ਭਲਵਾਨ ਪੱਧਰੀ ਵਾਲਾ ਚੇਚੇ ਤੌਰ 'ਤੇ ਆਇਆ, ਵੱਡਾ ਧੰਨਵਾਦ ਹੈ, ਆਪਾਂ ਸਤਿਕਾਰ ਕਰਾਂਗੇ ਆਪਣੇ ਪਿਆਰ ਅਤੇ ਸਤਿਕਾਰਯੋਗ ਸ਼ਖਸੀਅਤਾਂ ਦਾ। ਸਰਦਾਰ ਪ੍ਰਗਟ ਸਿੰਘ ਜੀ ਮੈਨੇਜਰ ਸਾਹਿਬ, ਉਧਰਲੇ ਪਾਸੇ ਬਹੁਤ ਵੱਡਾ ਸਨਮਾਨ ਮਹਾਂਪੁਰਸ਼ਾਂ ਵੱਲੋਂ ਹੈ, ਅਤੇ ਨਾਲ ਸਾਡੇ ਭਜਾ ਪੱਧਰੀ ਜੀ ਦੁਨੀਆ ਦੇ ਮਹਾਨ ਖਿਡਾਰੀਆਂ ਨਾਲ ਬੋਲਾਂ ਦੇ ਲਈ ਵੱਡਾ ਸਨਮਾਨ ਦੇ ਗਏ ਹੈ। ਉਧਰਲੇ ਪਾਸੇ ਮੈਨੇਜਰ ਸਾਹਿਬ ਸਾਡੇ ਜਥੇਦਾਰ ਗੁਰਾ ਸਿੰਘ ਜੀ ਦਾ ਧੰਨਵਾਦ ਹੈ, ਲਾਲੀ ਢਾਲਾ ਸਾਹਿਬ ਦਾ ਸਤਿਕਾਰ ਕੀਤਾ ਜਾਂਦਾ ਹੈ, ਸੋਨੂੰ ਚੀਮਾ ਸਾਹਿਬ ਅਤੇ ਮੋਨੂੰ ਚੀਮਾ ਸਾਹਿਬ ਦਾ ਧੰਨਵਾਦ ਹੈ। ਲਾਓ ਖੇਡ ਮੈਦਾਨ ਦੇ ਵਿੱਚ ਨਦੌਰ ਦੀ ਧਰਤੀ ਦਾ ਮਨਜਿੰਦਰ ਕੇ ਲਿਸ਼ਕ ਦੇ ਪਿੰਡੇ ਪੈਣ ਪੱਟਾਂ ਵਿੱਚ ਘੁੱਗੀਆਂ, ਆਓ ਸਾਨਾ ਵਾਲੇ ਭੇੜਾਂ ਵਿੱਚ ਤਾਕਤਾਂ ਨੇ ਗੁੱਝੀਆਂ, ਜੀਤੀ ਜੱਟ ਇਸ ਏਰੀਏ ਦਾ ਮਹਾਨ ਖਿਡਾਰੀ, ਆਓ ਬੈਠਿਆ ਹੋਇਆ ਮੇਨ ਸਟੇਜ 'ਤੇ ਆਪਾਂ ਸਤਿਕਾਰ ਕਰਾਂਗੇ। ਦਿਲਬਾਗ ਸਿੰਘ ਜੀ ਸਾਡੇ
ਆਪਾਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਦੀਆਂ ਵੱਡੀਆਂ ਡਿਊਟੀਆਂ ਸਾਡੇ ਵੀਰ ਦੀਆਂ। ਰਿਕਾਰਡ ਕੀਪਰ ਹੈ ਸਾਡਾ ਵੀਰ, ਆਪਾਂ ਸਤਿਕਾਰ ਕਰਦੇ ਹਾਂ ਆਪਣੇ ਵੱਡੇ ਵੀਰ ਦਾ। ਮਸਤਗੜੀਆ ਅਮਨ ਕਹਿੰਦੇ ਮੁੰਡਾ ਝੂਲ ਝੂਲ ਕੇ ਤੁਰਦਾ ਜਿਵੇਂ ਰਾਵੀ ਝੂਲ ਝੂਲ ਕੇ ਤੁਰਦੀ ਹੈ। ਗੁਰਭਜਨ ਸਿੰਘ ਜੀ ਕਰਮੋਵਾਲਾ ਸਾਹਿਬ ਅਚੇਚੇ ਤੌਰ 'ਤੇ ਆਏ ਹੈ, ਸਰਹਾਲੀ ਸਾਹਿਬ ਦੇ ਵਿੱਚ ਬਹੁਤ ਵੱਡਾ ਕਬੱਡੀ ਦਾ ਮਹਾਂਕੁੰਭ ਕਰਾਉਂਦੇ ਹੈ, ਆਪਾਂ ਵੱਡਾ ਧੰਨਵਾਦ ਕਰਾਂਗੇ। ਜਗਜੀਤ ਆਹ ਸਾਹਮਣੇ, ਜਗਜੀਤ ਸਾਡਾ ਸੁੱਗੇ ਵਾਲਾ ਫੌਜੀ, ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ। ਲਈਆਂ ਦੇ ਵਿੱਚ ਬਹੁਤ ਗੂੜੀ ਰਿਸ਼ਤੇਦਾਰੀ ਹੈ ਸਾਡੇ ਵੀਰ ਦੀ। ਲਵੀ ਮਾਲਵਾ ਟੀਵੀ ਵਾਲਿਆ ਦੱਸ ਵੀ ਕਿਹੜੀ ਟੀਮ ਜਿੱਤੀ ਹੈ। ਨਿਸ਼ਾਨ ਢਿੱਲੋਂ ਪਰਮਜੀਤ ਸਰਪੰਚ ਸਾਹਿਬ ਦਾ ਵੱਡਾ ਧੰਨਵਾਦ ਹੈ। ਨਿਰਮਲ ਸਿੰਘ ਜੀ ਸਾਡੇ ਰਾਮ ਰੌਣੀ ਵਾਲੇ ਆਪਣੇ ਮਿੱਤਰਾਂ ਸਮੇਤ ਆਏ ਹੈ, ਉਹਨਾਂ ਦਾ ਵੀ ਦਿਲੋਂ ਸਤਿਕਾਰ ਕੀਤਾ ਜਾਂਦਾ ਹੈ, ਆਪਣੇ ਮਿੱਤਰਾਂ ਨਾਲ ਪੁੱਜੇ ਹੈ। ਕਿਹੜੀ ਟੀਮ ਨਿਸ਼ਾਨ ਜਿੱਤੀ ਹੈ, ਪਰਮਜੀਤ ਸਿੰਘ ਜੀ ਸਰਪੰਚ ਸਾਹਿਬ ਦਾ ਵੱਡਾ ਧੰਨਵਾਦ ਹੈ, ਜਿਨ੍ਹਾਂ ਦਾ ਪਿਆਰ ਹੈ ਸਾਡੀ ਪ੍ਰਬੰਧਕ ਕਮੇਟੀ ਦੇ ਨਾਲ। ਉਧਰਲੇ ਪਾਸੇ ਸਾਡੇ ਮੈਨੇਜਰ ਸਾਹਿਬ ਗੁਰਾ ਸਿੰਘ ਜੀ, ਉਹਨਾਂ ਦਾ ਆਪਾਂ ਵੱਡਾ ਧੰਨਵਾਦ ਕਰਦੇ ਹਾਂ। ਹਾਂਜੀ, ਕਿਹੜੀ ਟੀਮ ਜਿੱਤੀ ਹੈ ਜੀ? ਹਾਂਜੀ, ਪੁਆਇੰਟ ਮਾਝਾ ਖਾਲਸਾ ਕਬੱਡੀ ਕਲੱਬ ਘਰਿਆਲੇ ਦੇ ਪੁਆਇੰਟ 42, ਵਿਧੀ ਚੰਦ ਸਪੋਰਟਸ ਕਲੱਬ ਦੇ ਪੁਆਇੰਟ ਨੇ 26। ਆਪਾਂ ਸਤਿਕਾਰ ਕਰਾਂਗੇ ਜਿੰਨੀ ਪ੍ਰਬੰਧਕ ਕਮੇਟੀ ਸਾਡੀ, ਜਿੰਨੀ ਵੀ ਸਰ ਸਰ ਹਾਂਜੀ ਸਰ ਇੱਕ ਮਿੰਟ, ਅਸੀਂ ਹੁਣ ਵਿਸ਼ੇਸ਼ ਮਾਨ ਸਨਮਾਨ ਕਰਨ ਜਾ ਰਹੇ ਹਾਂ। ਮੈਨੇਜਰ ਸਰਦਾਰ ਗੁਰਾ ਸਿੰਘ ਜੀ, ਧੰਨ ਧੰਨ ਬੀੜ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦੇ ਪ੍ਰਬੰਧਾਂ ਨਾਲ ਇਹ ਮੇਲਾ ਹੋਇਆ ਹੈ। ਜਾਂ ਗੁਰਭਜਨ ਸਿੰਘ ਜੀ ਕਰਮੋਵਾਲਾ ਸਾਹਿਬ, ਸਾਡੇ ਜਨਰਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਬਹੁਤ ਹੀ ਸਤਿਕਾਰਯੋਗ ਨਿਸ਼ਾਰੇ ਢਾਲੇ ਤੋਂ ਬਾਬਾ ਜੀ, ਬਾਬਾ ਨਿਰਮਲ ਸਿੰਘ ਜੀ, ਜਿਨ੍ਹਾਂ ਨੇ ਕਰੋੜਾਂ ਰੁਪਈਏ ਲਾ ਦਿੱਤੇ ਕਬੱਡੀ 'ਤੇ, ਸੰਧੂ ਗਰੁੱਪ ਆਫ ਕੰਪਨੀ। ਸਤਿ ਸ਼੍ਰੀ ਅਕਾਲ ਬਾਬਾ ਜੀ, ਬਹੁਤ ਮਾਣ ਹੈ ਸਾਨੂੰ, ਬਹੁਤ ਮਾਣ ਹੈ ਸਾਨੂੰ। ਅਤੇ ਕਬੱਡੀ ਆਉਂਦੇ ਖੇਡਣੀ ਜੇ ਔਖੀ ਤਾਂ ਖਿਡਾਉਣੀ ਕਿਹੜੀ ਸੌਖੀ ਆ। ਸੋ ਮੈਨੇਜਰ ਸਾਹਿਬ, ਉਹ ਲਿਆਓ ਸ਼ੀਲਡਾਂ ਹੁਣ। ਕਰਮੋ ਸਾਹਿਬ, ਹਾਂਜੀ ਲਾਲੀ ਭਾਅ ਜੀ ਆਓ, ਲਾਲੀ ਭਾਅ ਜੀ, ਲਾਲੀ ਭਾਅ ਜੀ, ਲਾਲੀ ਘੁੰਮਣ ਜੀ, ਲਾਲੀ ਸਾਹਿਬ ਜੇਤੂ ਟੀਮ, ਜੇਤੂ ਟੀਮ ਆਵੇ ਬਈ, ਜੇਤੂ ਟੀਮ ਦੇ ਖਿਡਾਰੀ, ਜੇਤੂ ਟੀਮ ਦਾ ਕੋਚ। ਹਾਂਜੀ, ਮਹਾਂਪੁਰਸ਼ਾਂ ਦੀ ਟੀਮ ਹੈ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਦੀ ਟੀਮ, ਸਾਡੇ ਸਰਦਾਰ ਹਰਜਿੰਦਰ ਸਿੰਘ ਜੀ ਹਾਂਗਕਾਂਗ ਵਾਲਿਆਂ ਦੀ, ਜਿਹੜੀ ਵੱਡੀ ਘਾਟ ਮਹਿਸੂਸ ਹੋ ਰਹੀ ਹੈ। ਘਰਿਆਲਾ ਉਹ ਵੀ ਚੇਚੇ ਤੌਰ 'ਤੇ ਆਉਂਦੇ ਹੁੰਦੇ ਹੈ। ਹਾਂਜੀ, ਘਰਿਆਲਾ ਮਹਾਂਪੁਰਸ਼ਾਂ ਦੀ ਟੀਮ, ਭੇਜੋ ਭੇਜੋ ਭੇਜੋ, ਆ ਵੀ ਆ, ਆ ਜਾ ਆ ਜਾ ਆ ਜਾ ਕਲਸੀ, ਵਧਾਈਆਂ ਤੈਨੂੰ ਬੇਜਵਾਨਾ, ਬਹੁਤ ਵਧੀਆ, ਜਿਉਂਦੇ ਰਹੋ ਜਿਉਂਦੇ ਰਹੋ, ਵਧਾਈਆਂ ਗੋਰੇ, ਬਹੁਤ ਵਧੀਆ ਜੱਫੇ ਬੇਜਵਾਨਾ, ਵਧਾਈਆਂ ਤੁਹਾਨੂੰ ਸਾਰਿਆਂ ਨੂੰ। ਹਾਂਜੀ ਹਾਂਜੀ ਲਓ ਜੀ, ਹਾਂਜੀ ਇਹ ਮਹਾਂਪੁਰਸ਼ਾਂ ਦੀ ਟੀਮ ਹੈ, ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਉਹਨਾਂ ਦੀ ਟੀਮ ਹੈ। ਅੱਜ ਦੇ ਇਸ ਵੱਡੇ ਮਹਾਂਕੁੰਭ ਦੀ ਜੇਤੂ ਟੀਮ ਹੈ ਮੇਰੇ ਵੀਰਿਓ। ਅੱਜ ਦੇ ਇਸ ਵੱਡੇ ਮਹਾਂਕੁੰਭ ਦੀ ਜੇਤੂ ਟੀਮ ਹੈ। ਘਰਿਆਲਾ ਜੀ, ਗਗਨ, ਗਗਨ ਹੈ ਜੀ, ਉਹੀ ਹੈ ਜੀ। ਹਾਂਜੀ, ਪਿੰਦੇ ਫਰੰਦੀਪੁਰ ਦੀ ਟੀਮ ਵੀ ਸੱਦ ਲਈਏ ਦਇਆ। ਗੋਪੀ ਫਰੰਦੀਪੁਰ ਸੈਕਿੰਡ ਟੀਮ ਹੈ। ਆ ਸੁਣ ਲਾ ਕਲਸੀ,
आवे गोपी फरंदीपुर आ जाओ तू कल्ला ही आया हाँ जी मल्ली साहब का पुत्र आवे हिमालय पर्वत फरंदीपुर का गोपी आ टीम श्रीमान संत बाबा तार सिंह की जिहड़ी प्यार लै गई है आ कहिंदे दया सारगड़े पिंड वाला ते नाल मीरपुर का पिंडा है ये टीम है फरंदीपुर ये गोपी दी अज इस वटे महाकुंभ के उत्ते दोवें टीम जिहड़ियां वड्डा प्रदर्शन कर अज भारी काठ दे विच हाँ जी आ गया राजा पदरी कल मैच खेडिया जी इन्होंने करमोला साहब रात बेस्ट रहा जिहड़ा सुर सिंह फरंदीपुरी गोपी ने कप कराया वो कबड्डी कप का रात बेस्ट रहा तो 12:01 वो कप का फाइनल होया भाई साहब ये रात जिहड़ा कप फरंदीपुरी गोपी ने कराया 12:30 उस कप का फाइनल होया ये मुंडा बेस्ट रहा 4 जफे लाए है ये नौजवान ने इधरले पासे वड्डा सत्कार दे रहा साडे भाई साहब भाई मनजीत सिंह जी भूरा कोना नाल साडे बहुत ही सत्कारयोग गुरभजन सिंह जी करमोला साहब नाल साडे बाबा निर्मल सिंह जी नशहरा ढाला वो इन्हां प्यार ते सत्कारयोग शख्सियतां नूं माण सत्कार दे रहे हैं तेरा पदरी नाम लिखा गया हुण श्रोमणी गुरुद्वारा प्रबंधक कमेटी आओ सरपंच साहब आ जाओ जी आ जाओ सरदार भजन सिंह जी पदरी जिन्हों का मैं जिक्र करदा हर मैच के बहुत तगड़ी कबड्डी खेडी है हाँ जी लाली जी हाँ जी बिल्कुल नशहरा ढाला कबड्डी के प्रमोटर सरपंच माण है सानू इन्हां वीरां उपर जिन्होंने पंजाब की गरीबड़ी खेड नूं अज आस मुकाम ते लैके आंदा है ये है लाली भाजी भाजी नाम बहुत सुने अज दर्शन पहली बारी होए है सरदार दविंदर सिंह जी साडे लाली ढाला आपां वड्डा धन्नवाद करदे हैं बहुत बारी ना इस जबान तो आया है पर अज दर्शन जिहड़े पहली बारी होए है नाल साडे बाबा निर्मल सिंह जी नशहरे ढाले वाले आए है लालू घूमन साहब आओ जी आओ हरजीत सिंह जी लालू घूमन आओ जी आओ घूमन साहब लालू घूमन गुरदीप सिंह जी चेयरमैन साहब धारीवाल ते नाल साडे तेज सरपंच जी तगाणा साहब वो भी चेचे तौर पर आए है अज दे इस वड्डे महाकुंभ दे उत्ते साडे मैनेजर साहब जथेदार गुरा सिंह जी वड्डा सत्कार दे रहे है वड्डा धन्नवाद है दलबाग साडे वीर दा रिकॉर्ड कीपर साहब दा वी आपां वड्डा धन्नवाद करांगे क्योंकि कल्ली कल्ली शख्सियत दा जिहड़ा सत्कार किया जा रहा इन्हां वीरां वल्लों वड्डा धन्नवाद है जी जिन्नियां भी प्यार ते सत्कार योग शख्सियतां पुज्जी हैं आपां सारयां दा धन्नवाद करदे हैं मैंबर श्रोमणी गुरुद्वारा प्रबंधक कमेटी दा विशेष धन्नवाद प्रभजीत सिंह जी SHO पंजाब पुलिस मेरी आवाज़ सुनदे हुण ते स्टेज दे उपर आउण प्रभजीत सिंह जी SHO हरीश बैल साहब DSP साहब बैल साहब आओ जी आओ हरीश बैल डिप्टी सुपरिटेंडेंट ऑफ पुलिस आओ जी आओ लाली जी नाल हो जरा SP साहब
ਤੁਸੀਂ ਨਾਕਿਆਂ 'ਤੇ ਸੀਗੇ, ਆਓ ਜੀ, ਬੜੀ ਵੱਡੀ ਸੇਵਾ ਤੁਹਾਡੀ। ਐਸ ਪੀ ਸਾਹਿਬ ਨੂੰ ਬੇਨਤੀ ਹੈ ਕਿ ਉਹ ਵੀ ਆਉਣ। ਹਾਂਜੀ ਡਿਪਟੀ ਸਾਹਿਬ, ਡੀ ਐਸ ਪੀ ਡੀ ਨੌਜਵਾਨ ਸਾਡੇ ਡੀ ਐਸ ਪੀ ਡੀ ਸਰਦਾਰ ਸੁਖਵਿੰਦਰ ਸਿੰਘ ਜੀ, ਪੰਜਾਬ ਪੁਲਿਸ ਦੀ ਬੜੀ ਸਤਿਕਾਰਯੋਗ ਸ਼ਖਸੀਅਤ ਹੈ, ਜਿਨ੍ਹਾਂ ਨੇ ਇੱਕ ਬਹੁਤ ਵੱਡੀ ਮਿਹਨਤ, ਅੱਜ 8 ਦਿਨ ਹੋ ਗਏ ਹੈ, ਆਪਣੀ ਪੂਰੀ ਫੋਰਸ ਦੇ ਨਾਲ ਇੱਕ ਵੱਡੀ ਮਿਹਨਤ ਕੀਤੀ ਹੈ, ਦਿਨ ਰਾਤ ਇੱਕ ਕਰਕੇ। ਆਪਾਂ ਸਰਦਾਰ ਸੁਖਵਿੰਦਰ ਸਿੰਘ ਉਹਨਾਂ ਦਾ ਵੀ ਵੱਡਾ ਧੰਨਵਾਦ ਕਰਦੇ ਹਾਂ, ਬਹੁਤ ਵੱਡੀ ਡਿਊਟੀ ਹੈ ਜੀ, ਬਹੁਤ ਵੱਡੀ ਡਿਊਟੀ। ਹਾਂਜੀ ਇਹਨਾਂ ਦੇ ਰੀਡਰ ਸਾਹਿਬ ਦਾ ਵੀ ਜਿਹੜਾ ਸਨਮਾਨ ਕਰੀਏ। ਹਾਂਜੀ ਭਾਈ ਸਾਹਿਬ, ਇਹਨਾਂ ਦੇ ਰੀਡਰ ਸਾਹਿਬ ਦਾ ਵੀ ਜਿਹੜਾ ਸਨਮਾਨ ਕਰਨਾ, ਵੱਡਾ ਧੰਨਵਾਦ ਹੈ ਸਾਡੇ ਬਿੱਲਾ ਦਿਖਾਇਓ ਜੀ, ਮੇਰਾ ਰੇਸ਼ਮ ਸਿੰਘ ਜੀ ਰੀਡਰ ਸਾਹਿਬ ਹੈ, ਰੇਸ਼ਮ ਸਿੰਘ ਨੂੰ ਦਾ ਵੀ ਧੰਨਵਾਦ ਹੈ। ਵੱਡਾ ਸਤਿਕਾਰ ਹਰੀਸ਼ ਬਹਿਲ ਸਾਹਿਬ ਉਹਨਾਂ ਦਾ ਵਾ। ਹਾਂਜੀ ਇਹ ਹੈ ਜਿਹੜਾ ਸਨਮਾਨ ਦਿੱਤਾ ਜਾ ਰਿਹਾ, ਇਹ ਇੱਕ ਬੀਤੇ ਪਲਾਂ ਦੀ ਸੀਨ ਯਾਦ ਹੈ, ਇਹ ਜ਼ਿੰਦਗੀ ਭਰ ਦੀਆਂ ਯਾਦਾਂ। ਹਾਂਜੀ ਸਾਰੀ ਪ੍ਰੈਸ ਦਾ ਜਿਹੜਾ ਸਨਮਾਨ ਕੀਤਾ ਜਾਣਾ, ਸਾਡੇ ਗੁਰੂ ਘਰ ਦੇ ਦਾਸ ਮੈਨੇਜਰ ਸਾਹਿਬ ਸਰਦਾਰ ਗੁਰਾ ਸਿੰਘ ਜੀ, ਉਹਨਾਂ ਵੱਲੋਂ ਇਹ ਸੰਦੇਸ਼ ਆਇਆ ਵੀ ਸਾਰੀ ਪ੍ਰੈਸ ਦਾ ਜਿਹੜਾ ਸਨਮਾਨ ਕੀਤਾ ਜਾਣਾ ਹੈ। ਪ੍ਰਿੰਟ ਮੀਡੀਆ ਦਾ ਕੋਈ ਮੇਰਾ ਵੀਰ ਮੈਦਾਨ ਛੱਡ ਕੇ ਨਾ ਜਾਵੇ। ਧੰਨਵਾਦ ਸਾਰੀ ਸੰਗਤ ਦਾ, ਮਿਹਰਬਾਨੀ। ਆਓ ਜੀ ਸਰਦਾਰ ਬਲਵੀਰ ਸਿੰਘ ਜੀ, ਲਈਏ ਛੁੱਟੀਆਂ, ਹੁਣ ਦਫ਼ਤਰ 'ਤੇ ਜਾਣਾ ਹੀ ਪੈਣਾ। ਹਾਂਜੀ ਮੈਨੇਜਰ ਸਾਹਿਬ, ਹੋ ਗਈ ਜੀ ਸਾਰੀ ਕਾਰਵਾਈ, ਸਾਰੇ ਮਾਨ ਸਨਮਾਨ ਜਿਹੜੇ ਹੋ ਗਏ ਹੈ। ਮਿਲਖਾ ਮਾਲੂ ਵਾਲੀ ਆਇਆ, ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ, ਜਿੰਨੇ ਵੀ ਮਾਂ ਖੇਡ ਕਬੱਡੀ ਦੇ ਬੁਲਾਰੇ ਪੁੱਜੇ ਹੈ ਸਾਰੇ ਵੀਰਾਂ ਦਾ ਧੰਨਵਾਦ ਹੈ। ਸੋਗਾ ਭਰਾ ਕੋਸ਼ੜ ਸਾਹਿਬ ਦਾ ਵੀ ਦਿਲੋਂ ਸਤਿਕਾਰ ਕੀਤਾ ਜਾਂਦਾ ਹੈ, ਜਿਹਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਪੁੱਜੀਆਂ, ਉੱਠਦੇ ਬਹਿੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹਿੰਦੇ, ਬਖਸ਼ਣ ਆ ਰਿਹਾ ਬਖਸ਼ ਲਈ ਤੈਨੂੰ ਬਖਸ਼ਣ ਆ ਰਿਹਾ ਕਹਿੰਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ 7 ਟੀਵੀ ਦੁਨੀਆ ਦੀ ਮੰਨੀ ਪ੍ਰਮੰਨੀ ਵੈਬਸਾਈਟ ਹੈ, ਇਹਨਾਂ ਭਰਾਵਾਂ ਦਾ ਵੀ ਦਿਲੋਂ ਸਤਿਕਾਰ ਕੀਤਾ ਜਾਂਦਾ। ਮਾਲਵਾ ਟੀਵੀ .com ਅਤੇ ਪੰਜਾਬ 7 ਟੀਵੀ ਵਾਲਿਆਂ ਨੇ ਰਲ ਕੇ ਅੱਜ ਦੇ ਇਸ ਵੱਡੇ ਮੇਲੇ ਨੂੰ ਕਵਰ ਕੀਤਾ। ਉਧਰਲੇ ਪਾਸੇ ਕੋਚ ਸਾਹਿਬਾਨਾਂ ਦਾ ਵੀ ਵੱਡਾ ਧੰਨਵਾਦ ਹੈ, ਸਾਡੇ ਗੁਰਜੀਤ ਸਿੰਘ ਜੀ ਸ਼ਿਸ਼ਰੇਵਾਲ ਸਾਹਿਬ, ਭੈਣੀ ਮਟੂਆਂ ਵਾਲਿਆ ਕਰਦਾ ਟਿੱਚਰਾਂ ਸੁਣੋ, 12 ਤਰੀਕ ਨੂੰ ਭੈਣੀ ਮਟੂਆਂ ਦੇ ਵਿੱਚ ਵੱਡੀਆਂ ਰੌਣਕਾਂ। ਲੈ ਵੀ ਮਾਲਵਾ ਟੀਵੀ ਵਾਲਿਆ, ਸੌਰੀ ਅੱਜ ਤੈਨੂੰ ਪਤਾ, ਥੋੜ੍ਹਾ ਤੈਨੂੰ ਸਾਰਾ ਪਤਾ, ਝੰਡੇਰ ਪਿੰਡ ਦੇ ਵਿੱਚ ਮਾਲਵਾ ਟੀਵੀ ਵਾਲਿਆ ਵੱਡੀਆਂ ਰੌਣਕਾਂ ਲੱਗਣੀਆਂ। ਸੋਨੋ ਸਾਡਾ ਵੀਰ ਵੱਡੇ ਸੱਦੇ ਦਿੰਦਾ, ਨਿਸ਼ਾਨ ਗੱਗੋ ਬੋਹੇ ਵਾਲਾ ਵੱਡੇ ਸੱਦੇ ਦਿੰਦਾ, ਸ੍ਰੀ ਤਰਨ ਤਾਰਨ ਸਾਹਿਬ ਦੇ ਲਾਗੇ ਪਿੰਡ ਝੰਡੇਰ, ਮਹਾਂਪੁਰਖਾਂ ਜਿੱਥੇ ਚੋਟੀ ਦਾ ਮੈਚ 12 ਤਰੀਕ ਨੂੰ ਵੱਡੇ ਸੱਦੇ, ਆਪ ਸਭ ਸੰਗਤਾਂ ਨੇ ਹੁੰਮ ਹੁਮਾ ਕੇ ਪੁੱਜਣਾ। ਨਵੀਂ ਮਾਲਵਾ ਟੀਵੀ ਵਾਲਿਆ ਕਲਿੱਪ ਮੈਨੂੰ ਪਾ ਦੇਵੀਂ, ਅਤੇ ਆਪਾਂ ਝੰਡੇਰਾਂ ਦੇ ਮੇਲੇ ਦੀ ਜਿਹੜੀ ਕਲਿੱਪ ਹੈ ਉਹ ਜ਼ਰੂਰ ਪਾਉਣੀ ਹੈ, ਸਾਰੀਆਂ ਸੰਗਤਾਂ ਜਿਹੜੀਆਂ ਹੁੰਮ ਹੁਮਾ ਕੇ ਪੁੱਜਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Yeah.